ਜਦ ਫਿਲਮ ਦਾ ਟ੍ਰੇਲਰ ਲਾਂਚ ਹੋਇਆ ਜੀ, ਉੱਥੇ ਰੋਹਿਤ ਸ਼ੈਟੀ ਤੁਹਾਨੂੰ ਕੀ ਕਹਿ ਰਹੇ ਸੀ? ਬਹੁਤ ਘੱਟ ਐਸੀਆਂ ਫਿਲਮਾਂ ਹੁੰਦੀਆਂ ਨੇ ਜਿਸ ਵਿੱਚ ਜਿਸ ਨਾਲ ਆਦਮੀ ਰੋਂਦਾ ਹੋਇਆ ਐਕਸੈਪਟ ਕੀਤਾ ਜਾਂਦਾ। ਇਹਦੇ 'ਚ ਕੁਛ ਗੱਲਾਂ ਹੁੰਦੀਆਂ ਵੀ ਜਿਹੜਾ ਬੰਦਾ ਉਹ ਜ਼ਿਆਦਾ ਸ਼ੋਅ ਵੀ ਨਹੀਂ ਕਰਦਾ ਹੁੰਦਾ ਵੀ ਮੈਂ ਟੁੱਟਿਆ ਜਾਂ ਅੰਦਰੋਂ ਮੈਂ ਕਰਕੇ, ਉਹਨੂੰ ਹੁੰਦਾ ਵੀ ਮੇਰੇ ਪਿੱਛੇ ਸਾਰਾ ਪਰਿਵਾਰ ਹੈ, ਫਿਰ ਉਹ ਟੁੱਟ ਜਾਣਗੇ। ਉਹ ਟਾਈਮ ਯਾਦ ਹੈ ਜਦ ਤੁਸੀਂ ਆਖਰੀ ਟਾਈਮ ਸਭ ਤੋਂ ਖੁੱਲ੍ਹ ਕੇ ਰੋਏ ਹੋ? ਆਹ ਫਿਲਮ ਹੀ ਸੀ। ਅੱਛਾ, ਹਾਂ ਇਹ ਫਿਰ ਵੀ ਉਹ ਇਹ ਮੇਰੀਆਂ ਅੱਖਾਂ ਐਡੀਆਂ ਐਡੀਆਂ ਹੋ ਜਾਂਦੀਆਂ। ਲਾਈਕ ਉਹ ਬਹੁਤ ਔਖਾ ਸੀਨ ਸੀ ਭਾਜੀ ਵਾਲਾ, ਬਹੁਤ ਐਕਟਰ ਨੂੰ ਲੱਗਦਾ ਹੁੰਦਾ ਕਿ ਮੇਰੇ ਇਹ ਸੀਨ ਨੂੰ ਪਛਾਣ ਮਿਲੂਗੀ, ਬਟ ਪਛਾਣ ਕਿਸੇ ਹੋਰ ਸੀਨ ਨੂੰ ਮਿਲ ਜਾਂਦੀ ਹੈ ਵੀ ਮੇਰੇ ਵਾਲੇ ਮੰਜੇ ਤਾਂ ਨਹੀਂ ਬੈਠੇ। ਇਹ ਕੀ ਗੱਲ, ਸਿੰਪਲ ਗੱਲ ਹੀ ਹੈ ਜਾਂ ਚਾਹ ਹੀ ਪਿਆ ਦੇ, ਮੈਨੂੰ ਲੱਗਦਾ ਚਾਹ ਨੂੰ ਮੈਨੂੰ ਪਿਉਣੀ ਵੀ। ਆਪਾਂ ਮੈਂ ਪਹਿਲਾਂ ਕਹਾਂ ਵੀ ਲੋਕ ਪ੍ਰਿੰਸੇ ਕਰਕੇ ਫਿਲਮ ਦੇਖਣ ਜਾਣਗੇ, ਉਹ ਗੱਲ ਤਾਂ ਹੈ ਨਹੀਂ। ਵਾਰਨਿੰਗ ਦਾ ਮੇਰੇ ਮੈਨੂੰ ਕਹਿ ਦਿੰਦੇ ਆ ਪੰਮੇ ਵਾਲਾ, ਉਹ ਸੇਮ ਹੀ ਹੈ ਘੁੱਗੀ ਭਾਜੀ ਦੀ। ਘੁੱਗੀ ਭਾਜੀ ਸੂਤਰਧਾਰ ਹੈ, ਉਹ ਸੂਤਰਧਾਰ ਹੀ ਰਹਿਣਗੇ। ਉਹਨਾਂ ਗੱਡੀਆਂ ਸਾਰੇ ਲਾਈਟ ਮੈਨ, ਕੈਮਰਾ ਮੈਨ, ਹੋਰ ਤਾਮ ਜਾਮ ਜਿੰਨਾ ਸੀ, ਮੈਂ ਨਾ ਉਹਦੇ ਵੱਲ ਨਹੀਂ ਦੇਖਿਆ ਵੀ ਇਹ ਮੇਰੇ ਲਈ ਹੈ ਯਾਰ। ਫਿਰ ਮੇਰੀਆਂ ਅੱਖਾਂ 'ਚ ਹੰਝੂ, ਹੁਣ ਵੀ ਜਿਵੇਂ ਮੇਰਾ ਰੰਜ ਭਰਿਆ। ਮੈਂ ਇੱਕ ਵਾਰੀ ਆਪਦੀ ਮੰਮੀ ਮੇਰੇ ਹੈ ਨਹੀਂ ਵੀ ਇਸ ਗੱਲ ਨੂੰ ਲੈ ਕੇ ਵੀ ਇਮੋਸ਼ਨਲ ਹੋਣ ਲਈ ਮੈਂ ਇੱਕ ਵਾਰੀ ਇਹ ਕੀਤਾ ਸੀ। ਤੁਹਾਡੇ ਤੁਸੀਂ ਕਰਮ ਵਾਲੇ ਹੁੰਦੇ ਹੋ, ਜਦੋਂ ਤੁਹਾਡੇ ਕੋਲ ਸਾਹਮਣੇ ਵਾਲਾ ਐਕਟਰ ਸੱਚਾ ਸੁੱਚਾ ਆ ਜਾਂਦਾ ਨਾ, ਰਾਈਟ ਆ ਜਾਂਦਾ, ਫਿਰ ਤੁਹਾਨੂੰ ਜ਼ੋਰ ਤੁਹਾਡਾ ਲੱਗਦਾ ਨਹੀਂ, ਤੁਹਾਨੂੰ ਪਤਾ ਹੀ ਨਹੀਂ ਲੱਗਦਾ। ਔਰ ਮੈਨੂੰ ਸੱਚੀ ਨਹੀਂ ਪਤਾ ਵੀ ਕੁੜੀ ਆਈ ਉਹ ਮੈਨੂੰ ਦੇਖ ਜਾਵੜੀ ਪਿੰਨੀ, ਅਤੇ ਮੈਂ ਐਂ ਕਰਕੇ ਬਾਹਰ ਜਾ, ਅਤੇ ਮੈਂ ਜਦੋਂ ਹੀ ਦੰਦੀ ਵੱਢ ਕੇ ਐਂ ਕਰਕੇ ਐਂ ਝਾਕਿਆ, ਐਂ ਮੈਂ ਦੇਖਿਆ ਜੇ ਤਾਂ ਖਾਈ ਜਾਂਦਾ, ਅਤੇ ਹੰਝੂ ਤੜਪਕ ਤੜਪਕ ਹੰਝੂ ਚੱਲ ਪਏ। ਅੱਛਾ, ਉਹ ਮੈਂ ਨਾਨਾ ਪਾਟੇਕਰ ਦੀਆਂ ਫਿਲਮਾਂ ਜ਼ਿਆਦਾ ਰਵਾਉਂਦੀਆਂ ਸੀ ਮੈਂ। ਅੱਛਾ, ਜਦੋਂ ਐਕਟਿੰਗ ਘੈਂਟ ਕਰਦਾ ਸੀ ਨਾ, ਮੈਨੂੰ ਐਂ ਹੋਣਾ ਵੀ ਮੈਂ ਇੱਥੇ ਕਿਉਂ ਬੈਠਾ। ਮੈਂ ਕਿਹਾ ਮੈਨੂੰ 6 ਮਹੀਨੇ ਦਿਓ ਯਾਰ, ਕਹਿੰਦੇ 6 ਮਹੀਨੇ ਨਹੀਂ ਸਾਲ ਹੀ ਲੈਣਾ, ਪਰ ਤੂੰ ਕੱਲ੍ਹ ਨੂੰ ਐਂ ਨਹੀਂ ਕਹਿਣਾ ਵੀ ਮੈਨੂੰ ਮੌਕਾ ਨਹੀਂ, ਮੈਨੂੰ ਮੌਕਾ ਨਹੀਂ ਮਿਲਿਆ। ਸਤਿ ਸ਼੍ਰੀ ਅਕਾਲ ਜੀ, ਮੈਂ ਭਵਨੀਤ ਕੌਸ਼ਲ, ਤੁਸੀਂ ਵੇਖ ਰਹੇ ਹੋ ABP ਸਾਂਝਾ। ਇੱਕ ਫਿਲਮ ਦੇਖੀ ਸੀ ਕੁਝ ਸਾਲ ਪਹਿਲਾਂ ਜਿਸ ਨੂੰ ਵੇਖ ਕੇ ਮੈਨੂੰ ਲੱਗਾ ਸੀ ਯਾਰ ਕਿੱਦਾਂ ਕਹਾਣੀਆਂ ਨੂੰ ਬੁਣ ਕੇ ਕਮਾਲ ਦੀ ਇੱਕ ਕਹਾਣੀ ਬਣਾਈ ਜਾ ਸਕਦੀ ਹੈ, ਅਤੇ ਕੁਝ ਐਸਾ ਹੀ ਇਸ ਵਾਰ ਫਿਰ ਤੋਂ ਹੋ ਰਿਹਾ ਹੈ। ਅਤੇ ਇਸ ਵਾਰ ਤਾਂ ਉਹ ਸਾਰੇ ਮਿਲ ਕੇ ਕਿਸੇ ਖਾਸ ਥਾਂ 'ਤੇ ਜਾ ਰਹੇ ਨੇ, ਅਤੇ ਉਸੇ ਖਾਸ ਕਹਾਣੀ ਦਾ ਇੱਕ ਖਾਸ ਕਿਰਦਾਰ ਮੇਰੇ ਨਾਲ ਮੌਜੂਦ ਹੈ, ਜਿਨ੍ਹਾਂ ਨੂੰ ਮੈਂ ਇਹ ਕਹਿ ਸਕਦਾ ਕਿ ਉਹਨਾਂ ਨੇ ਮੈਨੂੰ ਬਹੁਤ ਸਾਰੇ ਇੰਟਰਵਿਊਜ਼ ਵਿੱਚ ਪਹਿਲਾਂ ਕਿਹਾ ਸੀ ਜੋ ਮੈਂ ਅਰਦਾਸ ਕਰ ਰਿਹਾ ਮੈਂ ਪਹਿਲਾਂ ਕਦੇ ਨਹੀਂ ਕੀਤਾ, ਅਤੇ ਆਈ ਐਮ ਸ਼ੋਰ ਕਿ ਉਹ ਸਾਰੀਆਂ ਫੀਲਿੰਗਸ ਜਿਹੜੀਆਂ ਨੇ ਉਹ ਡਬਲ ਹੁੰਦੀਆਂ ਜਾ ਰਹੀਆਂ ਨੇ। ਪ੍ਰਿੰਸ ਵੀਰੇ, ਵੈਲਕਮ ਟੂ ABP, ਕੀ ਹਾਲ ਚਾਲ? ਵਧੀਆ ਵਧੀਆ। ਮੈਨੂੰ ਪਹਿਲਾਂ ਤਾਂ ਇਹ ਜਾਣਨਾ ਚਾਹੂੰਗਾ ਕਿ ਜਦ ਫਿਲਮ ਦਾ ਟ੍ਰੇਲਰ ਲਾਂਚ ਹੋਇਆ ਜੀ, ਉੱਥੇ ਰੋਹਿਤ ਸ਼ੈਟੀ ਤੁਹਾਨੂੰ ਕੀ ਕਹਿ ਰਹੇ ਸੀ? ਉਹ ਸਾਰੇ ਜਣੇ ਹੀ ਪੁੱਛਦੇ ਹੈ ਨਾ, ਮੈਨੂੰ ਦੱਸੋ ਵੈਸੇ, ਸਹੀ ਜਾਣਾ ਚਾਹਣਾ ਉਹ ਕੀ ਨਹੀਂ ਕੁਛ ਨਹੀਂ, ਉਹਨਾਂ ਨੇ ਤਾਂ ਬੁਲਾਇਆ ਸੀ ਵਿਚਾਰਿਆਂ ਨੇ। ਨਹੀਂ ਨਹੀਂ ਕੁਛ ਕਹਿ ਰਹੇ ਸੀ ਤੁਹਾਨੂੰ, ਉਹ ਸੀਕ੍ਰੇਟ ਕਿਆ ਹੈ ਉਹ ਹਮ ਜਾਨਣਾ ਚਾਹਾਂਗੇ। ਨਹੀਂ ਨਹੀਂ, ਉਹਨਾਂ ਨੇ ਹੈਲੋ ਕੀਤੀ ਸੀ, ਕੁਛ ਨਹੀਂ। ਐਡੀ ਲੰਬੀ ਗੱਲ ਹੈ ਹੈਲੋ, ਹੁਣ ਮੈਨੂੰ ਲੱਗਦਾ ਮੈਨੂੰ ਕੋਈ ਲਿਪ ਰੀਡਰ ਲੈ ਕੇ ਆਉਣਾ ਪੈਣਾ, ਨਹੀਂ ਮੈਂ ਰੋਹਿਤ ਨੂੰ ਪੁੱਛੂੰਗਾ ਰੋਹਿਤ ਕਹਿ ਕੀ ਰਹੇ ਸੀ ਤੁਸੀਂ ਉਸ ਟਾਈਮ। ਮੈਨੂੰ ਲੱਗਦਾ ਕਿ ਤੁਸੀਂ ਬਹੁਤ ਲੰਬੀ ਕਹਾਣੀ ਕਹਿ ਰਹੇ ਸੀ, ਜਾਂ ਤੁਸੀਂ ਹਿੰਦੀ ਪੰਜਾਬੀ ਮਿਕਸ ਕਰ ਰਹੇ ਸੀ, ਕੀ ਕਹਿ ਰਹੇ ਸੀ ਉਹ? ਕੋਈ ਉਹ ਜਿਹੜੀ ਉਹ ਤਾਂ ਗੱਲ ਜਿਹੜੀ ਸੀਗੀ, ਉਹ ਮੈਂ ਉਸੀ ਵਾਰਾ ਰਹਿੰਦਾ ਹੁੰਦਾ ਸੀ ਨਾ। ਅੱਛਾ, ਤੇ
ਉੱਥੋਂ ਮੁੰਡਾ ਇੱਕ ਰੋਹਿਤ ਸ਼ੈਟੀ ਬਾਈ ਦੇ ਉੱਥੇ ਆਫਿਸ 'ਚ ਅਸੋਸੀਏਟ ਸੀ, ਬੰਟੀ ਨਾਗੀ ਬਾਈ ਦਾ ਐਡੀਟਰ ਸੀ। ਰਾਈਟ 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 ਰਾਈਟ। ਉਹ ਫਿਰ ਜਿਵੇਂ ਗੋਲਮਾਲ ਹੋ ਗਈ, ਹੋਰ ਸਿੰਬਾ, ਉਹ ਸਾਰੀਆਂ ਫਿਲਮਾਂ 'ਤੇ ਉੱਥੇ, ਅਤੇ ਉਹ ਉਸ ਆਫਿਸ ਹੁੰਦਾ ਸੀ। ਅੱਛਾ। ਅਤੇ ਮੈਂ ਉਹਦੇ ਤੋਂ ਚਾਬੀ ਚੁਬੀ ਫੜਨੀ ਹੁੰਦੀ ਸੀ। ਅੱਛਾ। ਜਾਂ ਕੋਈ ਕੰਮ ਹੁੰਦਾ ਅਤੇ ਉਹ ਮੈਂ ਜਾਣਾ ਤਾਂ ਥੱਲੋਂ ਹੀ ਮੁੜਿਆ ਹੁੰਦਾ ਸੀ ਮੈਂ ਬਾਹਰੋਂ। ਅੱਛਾ। ਅਤੇ ਉਹ ਐਂ ਸੋਚਿਆ ਕਰਨਾ, ਕਹਿੰਦਾ ਗੱਲ ਊਂ ਸੁਣਾਉਂਦਾ ਸੀ ਮੈਂ ਤਾਂ ਵੀ ਲੜਾਈ ਵਾਲੀਆਂ ਫਿਲਮਾਂ ਨਾ ਇੱਥੋਂ ਨਿਕਲਦੀਆਂ, ਐਂ ਗੱਲ ਕਰਦਾ। ਬਟ ਜਿੱਦਾਂ ਹੀ ਫਿਲਮ ਦਾ ਟ੍ਰੇਲਰ ਸਾਹਮਣੇ ਆਇਆ ਨਾ ਇਸ ਦਾ, ਅਤੇ ਉਸਦੇ ਵਿੱਚ ਖਾਸ ਤੌਰ 'ਤੇ ਨਾ ਮੈਂ ਪਤਾ ਕਿਹਦੇ ਨਾਲ ਰਿਲੇਟ ਕਰ ਪਾਇਆ, ਜੋ ਫਸਟ ਪਾਰਟ ਦੇ ਵਿੱਚ ਰਾਣਾ ਰਣਬੀਰ ਜੀ ਦਾ ਕਿਰਦਾਰ ਨਹੀਂ ਸੀਗਾ ਜਿਹੜਾ ਚਿੱਠੀਆਂ ਵੰਡਣ ਜਾਂਦਾ ਹੈ, ਮੈਨੂੰ ਨਾ ਐਗਜੈਕਟਲੀ ਲੱਗਾ ਯਾਰ ਲਾਈਕ ਪੂਰਾ ਟਰਨ ਕਰਕੇ ਉਸ ਟਾਈਪ ਦੀ ਫੀਲਿੰਗ ਮੈਨੂੰ ਅਰਦਾਸ ਸਰਬੱਤ ਦੇ ਭਲੇ ਦੇ ਵਿੱਚ ਤੁਹਾਡੇ ਕਿਰਦਾਰ ਤੋਂ ਆਉਣ ਵਾਲੀ ਹੈ, ਕਿ ਇਹੀ ਕੁਛ ਹੋਣ ਵਾਲਾ। ਰਾਣੇ ਬਾਈ ਵਾਲਾ ਥੋੜ੍ਹਾ ਹੋਰੂ ਸੀ ਕਰੈਕਟਰ, ਅਤੇ ਇਹ ਇਹਦੀ ਮੈਨੂੰ ਵੀ ਸਮਝ ਨਹੀਂ ਆਈ ਵੀ ਅਸਲ 'ਚ ਕੀ ਕਿੱਦਾਂ ਦਾ ਕਰੈਕਟਰ ਆ, ਰੋਂਗ ਹੈ, ਰਾਈਟ ਹੈ, ਕਿੱਦਾਂ ਦਾ ਕਰੈਕਟਰ ਹੈ। ਹੁਣ ਆਪਦੀ ਧੀ ਨਾਲ ਨੂੰ ਬਹੁਤ ਪਿਆਰ ਕਰਦਾ ਆਪਦੀ ਬੱਚੀ, ਬਿਲਕੁਲ, ਪਰ ਮੈਂ ਇੱਦਾਂ ਦਾ ਕੀਤਾ ਨਹੀਂ ਕਦੇ, ਅਤੇ ਇਹ ਤੋਂ ਬਾਅਦ ਵੀ ਮੈਨੂੰ ਨਹੀਂ ਲੱਗਦਾ ਮੇਰੇ ਤੋਂ ਹੋਊਗਾ। ਅੱਛਾ। ਹਾਂ, ਉਹ ਨੁੱਚੜ ਗਿਆ ਸਾਰਾ, ਐਂ ਬਹੁਤ ਘੱਟ ਐਸੀਆਂ ਫਿਲਮਾਂ ਹੁੰਦੀਆਂ ਨੇ ਜਿਸ ਨਾ ਆਦਮੀ ਰੋਂਦਾ ਹੋਇਆ ਐਕਸੈਪਟ ਕੀਤਾ ਜਾਂਦਾ ਹੈ। ਮੈਨੂੰ ਲੱਗਦਾ ਇੱਕ ਵਨ ਆਫ ਦ ਬੈਸਟ ਫਿਲਮਾਂ ਪੰਜਾਬੀਆਂ ਦੀਆਂ ਉਹਨਾਂ ਚੋਂ ਇੱਕ ਹੈ ਜਿਹਦੇ ਵਿੱਚ ਆਦਮੀ ਦੇ ਹੰਝੂ ਡਿੱਗਦੇ ਵੇਖ ਕੇ ਨਾ ਆਡੀਅੰਸ ਬਹੁਤ ਰਿਲੇਟ ਕਰ ਪਾਉਂਦੀ ਹੈ। ਤੁਸੀਂ ਸਮਝਦੇ ਹੋ ਇਸ ਫਿਲਮ ਨੂੰ ਕਿ ਇਹ ਕਿਤਨਾ ਕਿਤੇ ਇਸ ਦੇ ਬਹੁਤ ਕਰੀਬ ਆ? ਹਾਂ, ਦੇਖੋ ਇਹਦੇ 'ਚ ਇਕੱਲੇ ਹੰਝੂ ਨਹੀਂ ਹੈਗੇ, ਇਹਦੇ 'ਚ ਖੁਸ਼ੀਆਂ ਵੀ ਹੈਗੀਆਂ, ਬਿਲਕੁਲ। ਅਤੇ ਜਿਹੜਾ ਅਰਦਾਸ ਜਿਵੇਂ ਪਿਛਲੀ ਵਾਰੀ ਵਾਲੀ ਸੀ ਉੱਦਾਂ ਹੀ ਹੈ ਸਾਰੀ, ਹਾਸਾ ਠੱਠਾ ਵੀ ਹੈ, ਬਿਲਕੁਲ। ਪਰ ਜਿਹੜੀ ਸਾਡੇ ਆਲੇ ਦੁਆਲੇ ਜਾਂ ਰਿਸ਼ਤਿਆਂ 'ਚ ਜਾਂ ਜੋ ਸਾਡੇ ਅੰਦਰ ਜਿਹੜੀਆਂ ਗੱਲਾਂ ਹੋਈ ਜਾਂਦੀਆਂ ਹੁੰਦੀਆਂ ਪਈਆਂ ਹੁੰਦੀਆਂ, ਅਸੀਂ ਧਿਆਨ ਨਹੀਂ ਦਿੰਦੇ ਉਹ ਗੱਲਾਂ ਸਾਰੀਆਂ ਨਾ ਉਹਨਾਂ ਦੇ ਉੱਤੋਂ, ਜਿਵੇਂ ਆਪਾਂ ਕਹਿ ਦਿੰਦੇ ਨਾ ਵੀ ਢੱਕਣ ਚੱਕੇ ਆ, ਉਵੇਂ ਆ। ਔਰ ਯਾਤਰਾ ਹਜ਼ੂਰ ਸਾਹਿਬ ਦੀ, ਉਹ ਜਾਂਦੇ, ਔਰ ਸਭ ਤੋਂ ਵੱਡੀ ਗੱਲ ਇਹ ਫਿਲਮ ਤੋਂ ਜਿਹੜੀ ਸਭ ਤੋਂ ਵੱਡੀ ਗੱਲ ਵੀ ਜਿਹੜਾ ਜਿਵੇਂ ਘੁੱਗੇ ਭਾਅ ਜੀ ਬੋਲਦੇ ਆ ਇਹਦੇ 'ਚ ਡਾਇਲੋਗ ਵੀ, ਕਹਿੰਦੇ ਜਿਹੜੀ ਅਰਦਾਸ ਹੈ ਅਸਲ 'ਚ ਅਸੀਂ ਆਪਦੇ ਲਈ ਮੰਗਦੇ ਹਾਂ, ਅਸੀਂ ਆਪਦੇ ਲਈ ਮੰਗਣ ਲੱਗ ਗਏ ਨੇ। ਅਰਦਾਸ ਤਾਂ ਸਰਬੱਤ ਦੇ ਭਲੇ ਦੀ ਹੈ, ਲੋਕਾਂ ਦੇ ਭਲੇ ਦੀ ਗੱਲ ਕਰਨੀ, ਲੋਕਾਂ ਲਈ ਮੰਗਣਾ, ਬਿਲਕੁਲ, ਤੁਹਾਡਾ ਤਾਂ ਆਪੇ ਹੋਊਗਾ। ਅਤੇ ਨਾ ਅਕਸਰ ਜਿਸ ਤਰ੍ਹਾਂ ਨਾ ਆਪਾਂ ਇਮੋਸ਼ਨਲ ਸਾਈਡ ਨਾ ਮੋਸਟਲੀ ਫਿਲਮਾਂ ਦੇ ਵਿੱਚ ਦੇਖਦੇ ਹਾਂ ਔਰਤਾਂ ਦੀ ਦਿਖਾਈ ਜਾਂਦੀ ਹੈ ਬਹੁਤ ਵਾਰ ਨਾ, ਮੈਨ ਇਮੋਸ਼ਨ ਜਦ ਆਪਾਂ ਵੱਡੇ ਵੀ ਹੁੰਦੇ ਹਾਂ ਨਾ, ਮਰਦ ਕੋ ਦਰਦ ਨਹੀਂ ਹੋਤਾ, ਆਦਮੀ ਰੋਤਾ ਨਹੀਂ ਹੈ, ਤੂੰ ਲੜਕਾ ਹੋ ਕੇ ਰੋਤਾ ਹੈ, ਇੱਦਾਂ ਦੀ ਗੱਲਾਂ ਆਪਾਂ ਸੁਣਦੇ ਵੱਡੇ ਹੋਏ ਹਾਂ। ਤੁਹਾਨੂੰ ਲੱਗਦਾ ਕਿਤਨਾ ਕਿਤੇ ਇੱਕ ਆਦਮੀ ਇੱਕ ਐਸੀ ਚੀਜ਼ ਹੈ ਜਿਹਦੇ ਇਮੋਸ਼ਨ ਨੂੰ ਸਭ ਤੋਂ ਵੱਧ ਇਸ ਦੁਨੀਆਂ 'ਚ ਦੱਬਿਆ ਜਾਂਦਾ ਹੈ? ਹਾਂ, ਦੇਖੋ ਇਹਦੇ 'ਚ ਕੁਛ ਗੱਲਾਂ ਹੁੰਦੀਆਂ ਵੀ ਜਿਹੜਾ ਬੰਦਾ ਉਹ ਜਦ ਸ਼ੋਅ ਵੀ ਨਹੀਂ ਕਰਦਾ ਹੁੰਦਾ ਵੀ ਮੈਂ ਟੁੱਟਿਆ ਜਾਂ ਅੰਦਰੋਂ ਮੈਂ ਕਰਕੇ, ਉਹਨੂੰ ਹੁੰਦਾ ਵੀ ਮੇਰੇ ਪਿੱਛੇ ਸਾਰਾ ਪਰਿਵਾਰ ਹੈ, ਫਿਰ ਉਹ ਟੁੱਟ ਜਾਣਗੇ। ਪਿਓ ਨੇ ਤਾਂ ਸਟਰੋਂਗ ਬਣ ਕੇ ਹੀ ਰਹਿਣਾ ਹੁੰਦਾ, ਬਿਲਕੁਲ, ਜਿਵੇਂ ਵੀ ਹੈ ਨਾ। ਅਤੇ ਇਹਦੇ 'ਚ ਇਕੱਲੇ ਬੰਦਿਆਂ ਦੀ ਗੱਲ ਨਹੀਂ ਹੈ ਵੀ
ਜਿਵੇਂ ਜੈਸਮੀਨ ਨੇ ਕਮਾਲ ਦਾ ਕਰੈਕਟਰ ਹੈ ਜੈਸਮੀਨ ਦਾ, ਬਹੁਤ ਸੋਹਣਾ ਕਰੈਕਟਰ ਉਹਨੇ ਕੀਤਾ ਹੀ ਬੜਾ ਵਧੀਆ ਉਹ ਹੈ। ਫਿਰ ਜੱਗੀ ਅਤੇ ਇੱਕ ਕੁੜੀ ਰਵਨੀਤ ਆ, ਉਹ ਮੀਆਂ ਬੀਬੀ ਆ, ਉਹ ਆਪਦੇ ਬੱਚੇ ਮੁੰਡੇ ਲਈ ਉਹ ਸੁੱਖ ਸੁੱਖ ਨੂੰ ਚੱਲੇ ਆ, ਪਹਿਲਾਂ ਕੁੜੀ ਆ ਉਹਨਾਂ ਦੇ। ਉਹ ਵੀ ਕਿਹੜੀਆਂ ਚੀਜ਼ਾਂ ਜਿਹੜੀਆਂ ਵੀ ਜਦੋਂ ਅਸੀਂ ਕਈ ਵਾਰੀ ਜਿਹੜਾ ਲਾਲਚ ਕਰ ਜਾਂਦੇ ਵਾਲੀ ਗੱਲ ਹੈ ਵੀ ਆਪਦੇ ਲਈ ਉਹ ਮੰਗਣ ਲੱਗ ਗਏ ਆਪਦੇ ਲਈ ਜਾ ਕੇ, ਜਿਵੇਂ ਹੁਣ ਮੁੰਡੇ ਕੁੜੀ ਵਾਲੀ ਗੱਲ, ਉਹ ਸਾਰੀਆਂ ਗੱਲਾਂ ਦਾ ਨਾ ਇੱਕ ਜਿਹਨੂੰ ਆਪਾਂ ਕਹਿ ਦਈਏ ਵੀ ਇਹ ਬਹੁਤ ਫਿਲਮਾਂ 'ਚ ਆਉਂਦਾ, ਅਸੀਂ ਹਮੇਸ਼ਾ ਗੱਲ ਵੀ ਕਰਦੇ ਹਾਂ, ਪਰ ਇਹਦੇ 'ਚ ਥੋੜ੍ਹਾ ਜਿਹਾ ਉਹ ਆ ਕਿਉਂਕਿ ਅਸੀਂ ਗੁਰਦੁਆਰੇ ਜਾਂਦੇ ਹਾਂ ਸੁੱਖਾਂ ਸੁੱਖਣ ਜਾਂਦੇ, ਉਹ ਗੱਲ ਨੂੰ ਵੀ ਉਹਦੇ ਖੋਲ੍ਹ ਕੇ ਲਿਆਂਦਾ ਗਿਆ ਵੀ ਅਸਲ 'ਚ ਗੱਲ ਕੀ ਹੈ, ਬਿਲਕੁਲ ਸਾਨੂੰ ਕਰਨਾ ਕੀ ਚਾਹੀਦਾ। ਅਤੇ ਲਾਈਕ ਜਿਹੜੀ ਮੈਂ ਇਮੋਸ਼ਨ ਦੀ ਗੱਲ ਕੀਤੀ ਅਤੇ ਕੀ ਕਰਨਾ ਚਾਹੀਦਾ, ਕਹਿੰਦੇ ਨਾ ਆਪਣੇ ਆਪ ਨੂੰ ਰਿਲੀਵ ਕਰਨਾ, ਇਹੋ ਜਿਹੀਆਂ ਫਿਲਮਾਂ ਨਾ ਕਹਿੰਦੇ ਨਾ ਕਈ ਵਾਰੀ ਉਸ ਟੀਪ ਚੀਜ਼ ਦਾ ਕੰਮ ਕਰ ਜਾਂਦੀਆਂ ਨੇ, ਉਹ ਇਮੋਸ਼ਨਸ ਬਾਹਰ ਕੱਢਦੀਆਂ ਨੇ ਜਿਹੜੀਆਂ ਸਾਡੇ ਨਾ ਅੰਦਰ ਦੱਬੇ ਹੁੰਦੇ ਨੇ ਕਿਤੇ, ਹੈ ਨਾ। ਉਹ ਟਾਈਮ ਯਾਦ ਹੈ ਜਦ ਤੁਸੀਂ ਆਖਰੀ ਟਾਈਮ ਸਭ ਤੋਂ ਖੁੱਲ੍ਹ ਕੇ ਰੋਏ ਹੋ? ਆਹ ਫਿਲਮ ਹੀ ਸੀ। ਅੱਛਾ, ਹਾਂ ਇਹ ਫਿਰ ਇਹ ਇਹ ਮੇਰੀਆਂ ਅੱਖਾਂ ਐਡੀਆਂ ਐਡੀਆਂ ਹੋ ਜਾਂਦੀਆਂ ਸੀ ਸੀਨ ਕਰਦੇ ਹੋਏ। ਹਾਂ ਤਾਂ ਪੀ ਕੀ ਕੰਮ ਹੋਇਆ, ਦੇਖੋ ਆਪਾਂ ਜਿਵੇਂ ਥੀਏਟਰ ਕਰਦੇ ਹਾਂ ਜਾਂ ਫਿਲਮਾਂ ਵਾਲੇ ਹਾਂ ਜਾਂ ਉਹ ਵੀ ਆਮ ਲਾਈਫ ਦੇ ਵਿੱਚ ਨਹੀਂ ਆਪਾਂ ਉਵੇਂ ਰੋਂਦੇ ਜਾਂ ਉਵੇਂ ਕਰਕੇ ਵੀ ਕਿੱਡੀਆਂ ਵੱਡੀਆਂ ਘਟਨਾਵਾਂ ਕੁਛ ਵੀ ਗੱਲਬਾਤ ਉਵੇਂ ਕਰਕੇ, ਮੈਨੂੰ ਨਹੀਂ ਲੱਗਦਾ ਵੀ ਮੈਂ ਕਿਤੇ ਉਵੇਂ ਐਂ ਕਰਕੇ ਰੋਇਆ ਹੋਊਂਗਾ, ਪਰ ਉਹ ਰੋਲ ਕਰਦੇ ਸਮੇਂ ਅਤੇ ਉਹ ਜਿਹੜਾ ਇਹਦਾ ਆਪਦੀ ਧੀ ਦੇ ਨਾਲ ਬਾਉਂਡੇਸ਼ਨ ਹੈ ਬਹੁਤ, ਪੁੱਛੋ ਹੀ ਨਾ। ਮੈਨੂੰ ਨਾ ਲਾਈਕ ਅਰਦਾਸ ਬਾਰੇ ਘੁੱਗੀ ਭਾਈ ਨੇ ਦੱਸਿਆ ਸੀ, ਕਹਿੰਦੇ ਜਿਹੜਾ ਹੋਸਪਿਟਲ ਵਾਲਾ ਸੀਨ ਨਹੀਂ ਹੈ ਅਰਦਾਸ ਵਨ 'ਚ, ਜਿਹ 'ਚ ਘੁੱਗੀ ਭਾਜੀ ਖੁੱਲ੍ਹ ਕੇ ਰੋ ਰਹੇ ਨੇ, ਹੈ ਨਾ, ਉਹ ਸੀ ਮੈਂ ਗੱਲ ਕਰਦੇ ਕਰਦੇ ਰੋਂਗਟੇ ਖੜੇ ਹੋ ਗਏ, ਹੈ ਨਾ। ਉਹਨਾਂ ਨੇ ਕਿਹਾ ਕਹਿੰਦੇ ਕਿ ਨਾ ਜਦ ਗਿੱਪੀ ਕਹਿੰਦੇ ਸੀ ਕਿ ਇਹ ਸੀਨ ਸ਼ੂਟ ਕਰਦੇ ਆ ਉਹ ਟਾਲ ਦਿੰਦੇ ਸੀ, ਘੁੱਗੀ ਭਾਈ ਕਹਿੰਦੇ ਸੀ ਅੱਜ ਨਹੀਂ ਕਰਦੇ ਅੱਜ ਨਹੀਂ ਕਰਦੇ, ਕਹਿੰਦੇ ਇੱਕ ਦਿਨ ਤਾਂ ਕਹਿ ਤਾ ਕਿ ਕਰਨਾ ਤਾਂ ਪੈਣਾ ਹੈ। ਉਹ ਬਹੁਤ ਔਖਾ ਸੀਨ ਸੀ ਭਾਜੀ ਵਾਲਾ, ਬਹੁਤ ਔਰ ਘੁੱਗੀ ਭਾਜੀ ਤਾਂ ਵੈਸੇ ਹੀ, ਘੁੱਗੀ ਭਾਜੀ ਮੈਂ ਲੋਰੀ ਸੀਰੀਅਲ ਦੇਖਦਾ ਹੁੰਦਾ ਸੀ ਐਲਫਾ ਪੰਜਾਬੀ ਦੇ, ਉਹ 'ਚ ਭਾਜੀ ਦਾ ਕਰੈਕਟਰ ਸੀਗਾ ਸਿਧਰੇ ਜਵਾਕ ਦਾ, ਮੈਂ ਇਹਨਾਂ ਕਰਕੇ ਦੇਖਦਾ ਹੁੰਦਾ ਸੀ। ਅੱਛਾ, ਓਏ ਹੋਏ ਹੋਏ, ਉਹ 'ਚ ਜਦੋਂ ਰੋਂਦੇ ਸੀ ਨਾ ਇਹ, ਉਹ ਮੈਂ ਭਾਜੀ ਨੂੰ ਜਦੋਂ ਵੀ ਮਿਲਦਾ ਮੈਂ ਉਹ ਗੱਲ ਜ਼ਰੂਰ ਕਰਦਾ। ਘੁੱਗੀ ਭਾਜੀ ਨੂੰ ਨਾ ਕਿ ਬਹੁਤ ਲੋਕਾਂ ਨੇ ਐਜ਼ ਏ ਕਮੇਡੀਅਨ ਪਛਾਣਿਆ, ਬਟ ਹੀ ਇਜ਼ ਅ ਵੈਰੀ ਵੈਰੀ ਗ੍ਰੇਟ ਇਮੋਸ਼ਨਲ ਜਦੋਂ ਅਸਲ 'ਚ ਕੀ ਆ ਉਹ ਟਾਈਮ ਜ਼ਿਆਦਾ ਹੋ ਗਿਆ ਵੀ ਜਿਹੜੇ ਸਮੇਂ 'ਚ ਤੁਸੀਂ ਦੂਰਦਰਸ਼ਨ ਦੀਆਂ ਵੀ ਜੇ ਕਿਤੇ ਖਬਰਾਂ ਦੇ ਵਿੱਚ ਵੀ ਕਿਤੇ ਤੁਰਿਆ ਫਿਰਦਾ ਬੰਦਾ ਆ ਗਿਆ ਤਾਂ ਉਹਦੀ ਚੜ੍ਹਾਈ ਹੋ ਜਾਂਦੀ ਸੀ, ਅਤੇ ਭਾਜੀ ਤਾਂ ਉਦੋਂ ਉਹਦੇ 'ਚ ਸਕਿੱਟਾਂ ਅਤੇ ਪੂਰਾ ਮਾਹੌਲ ਸੀ ਭਾਜੀ ਦਾ, ਜਿਵੇਂ ਨਾ ਭਾਜੀ ਨੇ ਕਿਹਾ ਜਿਵੇਂ ਚੈਂਪੀਅਨ ਚੱਲਦਾ ਸੀ ਇੱਕ ਭਾਜੀ ਦਾ ਸੀਰੀਅਲ ਦੂਰਦਰਸ਼ਨ ਦੇ, ਬਿਲਕੁਲ, ਫਿਰ ਪਰਛਾਵੇਂ ਵੀ ਬਹੁਤ ਮਾਹੌਲ ਰਿਹਾ। ਐਗਜੈਕਟਲੀ, ਅਤੇ ਜਿੱਦਾਂ ਉਹਨਾਂ ਨੇ ਦੱਸਿਆ ਕਿ ਨਾ ਉਹ ਸੀਨ ਉਹਨਾਂ ਲਈ ਬਹੁਤ ਡਿਫੀਕਲਟ ਸੀਗਾ, ਤੁਹਾਡੇ ਲਈ ਕਿਹੜਾ ਸੀਨ ਇਸ ਤਰ੍ਹਾਂ ਦਾ ਇਹੀ ਸੀਗਾ ਇਹੀ ਬਹੁਤ ਡਿਫੀਕਲਟ ਸੀ? ਮੈਨੂੰ ਦੱਸੋ ਕੀ ਕੀ ਰਿਹਾ? ਆਫ ਕੋਰਸ ਆਪਾਂ ਫਿਲਮ ਦੀ ਰਿਲੀਜ਼ ਤੋਂ ਬਾਅਦ ਗੱਲ ਕਰਾਂਗੇ ਉਸ ਸੀਨ ਬਾਰੇ ਜਦ ਅਸੀਂ ਦੇਖ ਲਵਾਂਗੇ, ਪਰ ਮੈਂ ਜਾਣਨਾ ਚਾਹੁੰਗਾ ਪ੍ਰੋਸੈਸ ਕੀ ਸੀਗਾ, ਕਿਉਂਕਿ ਕੈਰੈਕਟਰ ਨਾ ਜਦ ਤੁਸੀਂ ਉਹ ਟ੍ਰੇਲਰ ਦੇ ਵਿੱਚ ਵੀ ਉਹ ਡਾਇਲੋਗ ਜਾਂ ਕੁੜੀ, ਮੇਰਾ ਨਾ ਕਦੇ ਬਹੁਤ ਘੱਟ ਆਏ ਕਦੇ ਹੋਇਆ ਵੀ ਵੀ ਦੋ ਜਣੇ ਬੋਲੀ ਜਾਂਦੇ ਆ ਜਾਂ ਕੁਛ ਗੱਲ ਹੋਈ ਜਾਂਦੀ ਆ, ਮੇਰਾ ਕਦੇ ਐਂ ਹੋਇਆ ਨਹੀਂ ਵੀ ਯਾਰ ਮੈਂ ਡਿਸਟਰਬ ਹੋਇਆ ਹੋਵਾਂ ਜਾਂ ਕੋਈ ਇਹਦੇ 'ਚ ਵੀ ਮੈਂ ਅੰਦਰੋਂ ਇੰਨਾ ਉਹ ਡਰਿਆ ਹੋਇਆ ਸੀਗਾ ਵੀ ਯਾਰ ਹੋ ਜੂਗਾ ਮੇਰੇ ਕੋਲ ਐਂ।
ਹਜੇ ਵੀ ਜਿੱਦੇ ਮੈਂ ਕਰਦਾ ਸੀ ਡਬਿੰਗ ਜਾਂ ਹੋਰ, ਵੀ ਮਿਹਨਤ ਬਹੁਤ ਕੀਤੀ ਹੈ, ਜ਼ੋਰ ਬਹੁਤ ਲਾਇਆ, ਹਜੇ ਵੀ ਮੈਨੂੰ ਐਂ ਲੱਗਦਾ ਵੀ ਯਾਰ ਪਤਾ ਨਹੀਂ, ਮੈਨੂੰ ਲੱਗਦਾ ਹਜੇ ਉਹ ਫਿਲਮ ਆਉਣ ਤੋਂ ਬਾਅਦ ਹੀ ਮੈਨੂੰ ਪਤਾ ਲੱਗਣਾ ਵੀ ਉਹ ਹੋਇਆ ਕਿ ਨਹੀਂ ਹੋਇਆ. ਪਰ ਉਹ ਮੈਂ ਬਹੁਤ ਇਸ ਸੀਨ ਤੋਂ ਡਰਦਾ ਸੀ. ਔਰ ਦੁਬਾਰਾ ਫਿਰ ਹਾਂ ਇੱਕ ਦਿਨ ਬਾਈ ਕਹਿੰਦੇ ਨਾ ਯਾਰ ਕਲੋਜ਼ ਰਹਿ ਗਿਆ ਕੋਈ. ਅੱਛਾ, ਕਿ ਉਹੀ ਮੇਨ ਸੀਨ ਦਾ? ਹਾਂ, ਉਹਦਾ ਨਾ ਕਲੋਜ਼ ਨਹੀਂ, ਕਲੋਜ਼ ਮਤਲਬ ਵੀ ਕੋਈ ਉਹਦੇ 'ਚ ਚੀਜ਼ ਹੈ ਜਿਹਦੇ ਜਿਹਦੇ ਕਰਕੇ ਨਾ ਵੀ ਉਹ ਜਮਾਂ ਹੀ ਉਹ ਵੀ ਗਲਾਸ ਥੱਲੇ ਕਰਕੇ ਵੀ ਉਹਦੇ 'ਚ ਗਲਾਸ ਆ ਗਿਆ ਸੀ ਕੁਛ ਐਂ ਕਰਕੇ ਕੋਈ ਚੀਜ਼ ਸੀ, ਕੋਈ ਕਲੋਜ਼ ਸ਼ਾਟ ਦੇ ਵਿੱਚ ਕੁਛ ਕੋਈ ਸ਼ਾਟ ਸੀਗਾ ਵੀ ਉਹਦਾ ਨਾ ਯਾਰ ਇੱਕ ਜ਼ਰੂਰ ਕਰ ਲਓ. ਔਰ ਉਦੋਂ ਤੀਕਰ ਮੇਰਾ ਕੰਮ ਖਤਮ ਹੋ ਗਿਆ ਸੀ. ਅੱਛਾ, ਉਹ ਜਦੋਂ ਮੈਨੂੰ ਕਿਹਾ ਨਾ ਮੇਰੇ ਭਾਅ ਦੀ ਬਣ ਗਈ, ਮੈਂ ਕਿਹਾ ਹਾਏ ਵੀ ਉਦੋਂ ਤਾਂ ਜੂਨ ਚੱਲੀ ਜਾਂਦਾ ਸੀ, ਸਾਰਿਆਂ ਨਾਲ ਮਿਲਦੇ ਕਰਦੇ ਉਹ ਮਾਹੌਲ 'ਚ ਸੀਗੇ, ਅਤੇ ਇੱਧਰ ਸ਼ੂਟ ਅਜੇ ਚੱਲਦਾ ਪਿਆ ਅਤੇ ਉਹ ਕਰਨ ਗਏ ਅਸੀਂ, ਬਲਜੀਤ ਭਾਅ ਜੀ ਸੀਗੇ, ਅਸੀਂ ਕਰਨ ਜਾ ਵੜੇ. ਬਸ ਮੈਨੂੰ ਐਂ ਵੀ ਇਹ ਹੋਊ, ਮੈਂ ਉੱਥੇ ਕਿਵੇਂ ਪਹੁੰਚੂੰਗਾ? ਅੱਛਾ, ਅੱਗੇ ਤੁਹਾਡੇ ਐਕਟਰ ਹੈ ਨੇ, ਉਹ ਕੁੜੀ ਉਹ ਐਡੀ ਕਮਾਲ ਦੀ ਐਕਟਰ ਆ, ਤੁਸੀਂ ਟ੍ਰੇਲਰ ਵੀ ਦੇਖੋ ਉਹਨੇ ਬੋਲਿਆ, ਅਤੇ ਹੁਣ ਉਹ ਹੈ ਨਹੀਂ, ਮੇਰੇ ਇਕੱਲੇ ਦਾ ਹੀ ਸੀ ਅਤੇ ਐਂ ਮੰਜਾ ਪਿਆ, ਤੁਸੀਂ ਖਾਲੀ ਮੰਜੇ ਬੰਨੀ ਦੇਖ ਕੇ ਕਰਨਾ. ਮੈਂ ਆਖਾਂ ਬਾਈ ਅੱਛਾ, ਉਹਦੇ ਹੋਰ ਮੈਂ ਉਹ ਹੋਇਆ ਵਾ. ਫਿਰ ਮੈਂ ਕਿਹਾ ਵੀ ਆਪਾਂ ਐਂ ਕਰਦੇ ਹਾਂ ਵੀ ਮੈਂ ਕਰਦਾ ਸਾਰਾ, ਤੁਸੀਂ ਜਿਹੜਾ ਲੱਗਾ ਨਾ ਉਹ ਤੁਹਾਡਾ ਜਿਹੜਾ ਰਹਿੰਦਾ ਓਨਾ ਉਹ ਕਰ ਲਿਓ, ਮੈਂ ਸੀਨ ਕਰਦਾ ਸਾਰਾ. ਫਿਰ ਉਹ ਸਾਰਾ ਸੀਨ ਕਰਕੇ ਉਹ ਜੂਨ 'ਚ ਜਾ ਕੇ ਫਿਰ ਮੈਂ ਮਿਊਜ਼ਿਕ ਕਹਿ ਦੇਣਾ ਵੀ ਕੋਈ ਵੀ ਕੋਈ ਮਿਊਜ਼ਿਕ ਚੱਲੇ ਪਿੱਛੋਂ, ਥੋੜ੍ਹਾ ਫੀਲ ਆ ਜਾਵੇ, ਫੀਲ ਆ ਜੇ. ਮੈਂ ਮੈਨੂੰ ਬਹੁਤ ਔਖਾ ਲੱਗਦਾ ਸੀਗਾ ਵੀ ਇਹ ਉਹ ਫਿਲਮ ਆਉਣ ਤੋਂ ਬਾਅਦ ਪਤਾ ਲੱਗਣਾ, ਆਡੀਅੰਸ ਨੇ ਦੱਸਣਾ. ਆਪਾਂ ਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਮੈਂ ਕਰ ਲਿਆ ਜਾਂ ਕਰਕੇ, ਪਰ ਵੀ ਇਹ ਬਹੁਤ ਵਾਰ ਇਸ ਤਰ੍ਹਾਂ ਵੀ ਹੁੰਦਾ ਨਾ ਕਿ ਐਕਟਰ ਨੂੰ ਲੱਗਦਾ ਹੁੰਦਾ ਕਿ ਮੇਰੇ ਇਹ ਸੀਨ ਨੂੰ ਪਛਾਣ ਮਿਲੂਗੀ, ਬਟ ਪਛਾਣ ਕਿਸੇ ਹੋਰ ਸੀਨ ਹੋਰ ਸੀਨ ਨੂੰ ਮਿਲ ਜਾਂਦੀ ਹੈ. ਵਾਰਨਿੰਗ ਦੇ ਸੋਚਿਆ ਹੀ ਨਹੀਂ ਸੀਗਾ ਵੀ ਆਹ ਡਾਇਲੋਗ ਚੱਲਣਗੇ, ਜਿਹੜਾ ਸੋਚ ਜਿਹਦਾ ਪਤਾ ਸੀ ਮੈਨੂੰ ਉਹ ਮਗਰ ਭੱਜੇ ਜਾਂਦੇ ਵਾਲਾ, ਉਹ ਤਾਂ ਮੈਨੂੰ ਪਤਾ ਸੀ ਇਹ ਬਹੁਤ ਚੱਲਣਾ, ਉਹ ਬਹੁਤ ਚੱਲਿਆ ਵੀ, ਪਰ ਦੂਜਿਆਂ ਦਾ ਤਾਂ ਪਤਾ ਹੀ ਨਹੀਂ ਸੀ ਵੀ ਮੇਰੇ ਵਾਲੇ ਮੰਜੇ 'ਤੇ ਤਾਂ ਨਹੀਂ ਬੈਠੇ. ਇਹ ਕੀ ਗੱਲ, ਸਿੰਪਲ ਗੱਲ ਹੀ ਹੈ, ਜਾਂ ਮੈਨੂੰ ਚਾਹ ਹੀ ਪਿਆ ਦੇ, ਮੈਨੂੰ ਲੱਗਦਾ ਚਾਹ ਨੂੰ ਮੈਨੂੰ ਪਿਆਉਣੀ, ਚਾਹ ਦੀ ਗੱਲ ਆ ਗਈ, ਤੁਹਾਡੀ ਚਾਹ ਵੀ ਆ ਗਈ, ਮੈਂ ਤੁਹਾਡੇ ਲਈ ਚਾਹ ਲਿਆਵਾਂ. ਸਹੀ ਗੱਲ ਹੈ. ਅੱਜ ਵੈਸੇ ਦੱਸਾਂ ਕਿ ਅੱਜ ਪ੍ਰਿੰਸ ਭਾਅ ਜੀ ਦਾ ਨਾ ਥੋੜ੍ਹਾ ਜਿਹਾ ਗਲਾ ਗੁਲਾ ਖਰਾਬ ਹੈ, ਲੇਕਿਨ ਮੈਨੂੰ ਲੱਗਦਾ ਕਿ ਨਾ ਕਹਿੰਦੇ ਨਾ ਕਿ ਕਈ ਚੀਜ਼ਾਂ ਦਾ ਨਾ ਸਵਾਬ ਬਣਦਾ ਆ, ਅੱਜ ਗੱਲਬਾਤ ਵੀ ਵੈਸੀ ਹੋ ਰਹੀ ਹੈ ਨਾ. ਹਾਂ, ਕੁਦਰਤੀ ਹੈ ਨਾ ਵੀ ਆਪਾਂ ਉੱਦਾਂ ਦਾ ਕੁਛ ਵੀ ਜੈਨੂਨ ਰਹਿਣਾ ਮਾਹੌਲ. ਅੱਜ ਓਵਰਆਲ ਹੀ ਜੋ ਕਹਿੰਦੇ ਨੇ ਕਿ ਬਹੁਤ ਜ਼ਰਾ ਉਹ ਵਾਲਾ ਹਿਸਾਬ ਹੈ, ਬਟ ਨਾ ਕੁਛ ਕਿਰਦਾਰ ਨਾਲ ਰਹਿ ਜਾਂਦੇ ਨੇ ਉਹ ਆਪਾਂ ਗੱਲਾਂ ਕਰਦੇ ਹਾਂ. ਦਰਸ਼ਕਾਂ ਨੂੰ ਸਿਨੇਮਾ ਤੱਕ ਲੈ ਕੇ ਆਉਣਾ ਔਖਾ ਆ, ਹੈ ਨਾ, ਫਰੈਂਚਾਈਜ਼ੀ ਫਿਲਮ ਹੈਗੀ ਹੈ, ਚਲੋ ਠੀਕ ਹੈ ਦਰਸ਼ਕ ਆ ਜਾਣਗੇ, ਲੇਕਿਨ ਇੱਕ ਉਹ ਐਕਟਰ ਜਿਹਨੂੰ ਪਛਾਣ ਕਿਸੇ ਹੋਰ ਚੀਜ਼ ਦੀ ਮਿਲੀ ਹੋਵੇ, ਲਾਈਕ ਤੁਹਾਨੂੰ ਲੋਕਾਂ ਨੇ ਕਿਰਦਾਰਾਂ 'ਚ ਦੇਖਿਆ ਹੈ, ਹੁਣ ਪੰਮਾ ਤਾਂ ਹੈ ਹੀ ਦਿਲਾਂ 'ਤੇ ਰਾਜ ਕਰਦਾ, ਜਦ ਇੱਕ ਟਰਾਂਸਫੋਰਮੇਸ਼ਨ ਆਉਂਦਾ ਆ ਕਿ ਤੁਹਾਨੂੰ ਸੁਣਾਇਆ ਜਾਂਦਾ ਕਿਰਦਾਰ ਕਿ ਹਾਂ ਬਈ ਪ੍ਰਿੰਸ ਇੱਦਾਂ ਦਾ ਕਿਰਦਾਰ ਹੈ ਜੋ ਤੂੰ ਨਹੀਂ ਕੀਤਾ ਸਕਰੀਨ 'ਤੇ, ਐਕਸੈਪਟ ਕਿ ਦਰਸ਼ਕਾਂ ਨੂੰ ਸਮਝ ਆਊਗਾ ਤੁਹਾਡਾ ਕੀਤਾ ਹੋਇਆ ਕਿਰਦਾਰ, ਇਹ ਦਿਮਾਗ 'ਚ ਹੁੰਦਾ? ਹਾਂ ਹਾਂ, ਉਹ ਆਊਗਾ ਉਹਦੇ 'ਚ. ਉਹਦੇ 'ਚ ਮੈਂ ਕਈ ਵਾਰੀ ਦੇਖੋ ਬਹੁਤ ਫੈਰ ਮਿਸ ਵੀ ਜਾਂਦੇ ਆ,
ਮੈਨੂੰ ਸਿੱਧੂ ਆਫ ਸਾਊਥ ਹਾਲ ਕੀਤੀ ਮੈਂ ਉਹ ਮੈਂ ਤਾਂ ਕੀਤੀ ਸੀ ਵੀ ਦੋ ਇੱਕ ਹੀ ਡਾਇਲੋਗ ਆ ਜਾ ਤੇ ਮਰੇ ਬੰਦੇ ਦਾ ਯਾਰ ਲੱਤਾਂ ਬਾਹਾਂ ਹਿਲਾ ਕੇ ਤਾਂ ਕਰ ਲੈਂਦੇ ਵੀ ਕੀ ਉਵੇਂ ਹੋ ਸਕੂਗਾ ਵੀ ਉਹ 'ਚ ਨਹੀਂ ਮੈਂ ਮੈਨੂੰ ਲੱਗਿਆ ਵੀ ਯਾਰ ਨਹੀਂ ਉਹ ਜਿੰਨਾ ਮੈਂ ਜਿਵੇਂ ਸੋਚਦਾ ਸੀ ਵੀ ਉਵੇਂ ਨਹੀਂ ਮਾਹੌਲ ਬਣ ਨਹੀਂ ਪਾਇਆ ਉਹਦਾ ਅਤੇ ਉਹ ਨਹੀਂ ਉਹ ਮੇਰਾ ਫੈਰ ਮਿਸ ਜਾਵੜਾ ਅਤੇ ਫਿਰ ਜਿਵੇਂ ਹੋਰ ਵੀ ਕਈ ਹੈਗੀਆਂ ਵੀ ਜਿਨ੍ਹਾਂ ਦਾ ਮੈਨੂੰ ਲੱਗਦਾ ਹੁੰਦਾ ਸੀ ਵੀ ਆਹ ਚੀਜ਼ ਐਂ ਹੋਊ ਕਲਿੱਕ ਹੋਊਗੀ ਉਹ ਨਹੀਂ ਹੋਈ ਅਤੇ ਇਹਦਾ ਜਿਹੜਾ ਹੈ ਵੀ ਆਪਾਂ ਮੈਂ ਪਹਿਲਾਂ ਕਹਾਂ ਵੀ ਲੋਕ ਪ੍ਰਿੰਸੇ ਕਰਕੇ ਫਿਲਮ ਦੇਖਣ ਜਾਣਗੇ ਉਹ ਗੱਲ ਤਾਂ ਹੈ ਨਹੀਂ ਕਿਉਂਕਿ ਆਪਣੇ ਆਪ 'ਚ ਹੀ ਇਹ ਬਹੁਤ ਵੱਡੀ ਚੀਜ਼ ਹੈ ਫਿਲਮ ਉਹ ਜਿਸ ਤਰ੍ਹਾਂ ਦੇ ਨਾਲ ਆਪਾਂ ਇਹ ਕਹਿ ਸਕਦੇ ਵੀ ਘੁੱਗੀ ਭਾਜੀ ਕਰਕੇ ਡੈਫੀਨੇਟਲੀ ਹੈ ਨਾ ਜਿਵੇਂ ਵਾਰਨਿੰਗ ਦਾ ਮੇਰੇ ਮੈਨੂੰ ਕਹਿ ਦਿੰਦੇ ਆ ਪੰਮੇ ਵਾਲਾ ਉਹ ਸੇਮ ਹੀ ਹੈ ਘੁੱਗੀ ਭਾਜੀ ਦੀ ਹੈ ਇਸ ਵਾਰ ਵੀ ਹਾਂ ਘੁੱਗੀ ਭਾਜੀ ਦੀ ਦੇਖੋ ਘੁੱਗੀ ਭਾਜੀ ਸੂਤਰਧਾਰ ਹੈ ਫਿਲਮ ਉਹ ਸੂਤਰਧਾਰ ਹੀ ਰਹਿਣਗੇ ਮੈਨੂੰ ਨਾ ਲਾਈਕ ਉਹ ਕਰ ਜਦੋਂ ਕਰਦੇ ਆ ਉਹ ਗੱਲਾਂ ਮੈਨੂੰ ਕਈ ਵਾਰੀ ਵੀ ਤੂੰ ਇਹਨੂੰ ਐਂ ਕਰਕੇ ਕਰਕੇ ਦੇਖ ਪ੍ਰਿੰਸੇ ਜਿਹੜੇ ਮੇਰੇ ਭਾਜੀ ਨਾਲ ਸ਼ੂਟ ਆ ਇੱਕ ਦੋ ਵਾਰੀ ਉਹਦੇ ਮੈਨੂੰ ਕਹਿੰਦੇ ਤੂੰ ਜੇ ਇਹਨੂੰ ਐਂ ਕਰੇਂਗੇ ਨਾ ਫਿਰ ਗੱਲ ਨਿਕਲੇਗੀ ਕਹਿੰਦੇ ਨੇ ਕਹਿੰਦੇ ਐਕਟਰ ਜਿਹੜੇ ਹਨ ਮੈਨੂੰ ਕਿਸੇ ਕੁੜੀ ਨੇ ਕਹੀ ਸੀ ਗੱਲ ਬੋਲੀਵੁੱਡ 'ਚ ਕੰਮ ਕਰਦੇ ਨੇ ਕਹਿੰਦੇ ਜਦ ਇੱਕ ਐਕਟਰ ਆਪਣੀ ਸਕਰੀਨ ਦੇ ਉੱਤੇ ਹੁੰਦਾ ਆ ਖਾਸ ਤੌਰ 'ਤੇ ਇਮੋਸ਼ਨਲ ਸੀਨ ਕਰਦਾ ਹੁੰਦਾ ਆ ਉਹ ਆਪਣੀ ਜ਼ਿੰਦਗੀ ਦੇ ਵਰਸਟ ਮੂਮੈਂਟਸ ਨੂੰ ਇਮੈਜਿਨ ਕਰਕੇ ਕਈ ਵਾਰੀ ਸੀਨ ਕਰਦਾ ਆ ਕਿ ਮੇਰੇ ਨਾਲ ਇਹ ਵਾਪਰ ਚੁੱਕਾ ਮੇਰੇ ਨਾਲ ਇਹ ਹੋ ਚੁੱਕਾ ਤੁਹਾਡਾ ਵੀ ਕੁਛ ਐਸਾ ਪ੍ਰੋਸੈਸ ਮੇਰਾ ਐਂ ਨਹੀਂ ਹੁੰਦਾ ਅਸਲ 'ਚ ਮੈਂ ਦੱਸਦਾ ਤੁਹਾਨੂੰ ਮੇਰੇ ਇਹ ਹੁੰਦਾ ਵੀ ਜਿਵੇਂ ਜਦੋਂ ਵਾਰਨਿੰਗ ਦਾ ਪਹਿਲਾ ਸੀਨ ਨਹੀਂ ਹੈਗਾ ਅੱਗ ਬਲੀ ਜਾਂਦੀ ਅਤੇ ਉੱਥੇ ਖੜਾ ਅੱਗ ਕੋਲੇ ਹੁਣ ਉਹਦੇ 'ਤੇ ਸੇਕ ਇੰਨਾ ਸੀ ਅਤੇ ਮੂਡ 'ਚ ਨਹੀਂ ਜਾਇਆ ਜਾਂਦਾ ਸੀ ਕਿਉਂਕਿ ਉਹ ਚਿਖਾ ਬਲਦੀ ਵੀ ਸੇ ਹਵਾ ਆਉਂਦੀ ਸੀ ਸੇਕ ਹੀ ਬਹੁਤ ਲੱਗੀ ਜਾਂਦਾ ਸੀ ਅਤੇ ਉੱਧਰ ਧਿਆਨ ਨਹੀਂ ਜਾਂਦਾ ਪਿਆ ਸੀ ਆਏ ਮੈਂ ਹੰਝੂ ਚਾਹੁੰਦਾ ਨਹੀਂ ਸੀ ਵੀ ਸੇਕ ਲੱਗ ਕੇ ਜਾਂ ਧੂੰਆਂ ਪੈ ਕੇ ਨਿਕਲਣ ਐਗਜੈਕਟਲੀ ਉਹ ਹੋਰ ਕਿਸਮ ਦੇ ਹੁੰਦੇ ਅਤੇ ਉੱਥੇ ਨਾ ਮੇਰੇ ਲਈ ਉਹ ਪਹਿਲੀ ਸੀਗੀ ਉੱਥੇ ਨਾ ਯੂਨਿਟ ਸਾਰਾ ਅਤੇ ਮੈਂ ਉਹਦੇ 'ਚ ਲੀਡ 'ਤੇ ਸੀਗਾ ਜਦੋਂ 18 ਮਿੰਟਾਂ ਲਈ ਕਰਦੇ ਪਏ ਸੀ ਉਹਨਾਂ ਗੱਡੀਆਂ ਸਾਰੇ ਲਾਈਟ ਮੈਨ ਕੈਮਰਾ ਮੈਨ ਹੋਰ ਤਾਮ ਝਾਮ ਜਿੰਨਾ ਸੀ ਮੈਂ ਨਾ ਉਹਦੇ ਬੰਨੀ ਦੇਖਿਆ ਵੀ ਇਹ ਮੇਰੇ ਲਈ ਹੈ ਯਾਰ ਫਿਰ ਮੇਰੀਆਂ ਅੱਖਾਂ 'ਚ ਹੰਝੂ ਹੁਣ ਵੀ ਜਿਵੇਂ ਮੇਰਾ ਰੰਜ ਭਰਿਆ ਫਿਰ ਉਹ ਉਵੇਂ ਹੋ ਗਿਆ ਜਾਂ ਮੈਨੂੰ ਇੱਕ ਵਾਰੀ ਮੈਂ ਕੀਤਾ ਸੀ ਫਿਰ ਮਨ ਨਹੀਂ ਮੰਨਿਆ ਮੇਰਾ ਵੀ ਉਹ ਫਿਰ ਮੈਂ ਸਮਝ ਗਿਆ ਵੀ ਜਿਹੜਾ ਆਇਆ ਉਹਨੇ ਜਾਣਾ ਵੀ ਹੈ ਮੈਂ ਇੱਕ ਵਾਰੀ ਆਪਦੀ ਮੰਮੀ ਮੇਰੇ ਹੈ ਨਹੀਂ ਵੀ ਇਸ ਗੱਲ ਨੂੰ ਲੈ ਕੇ ਵੀ ਇਮੋਸ਼ਨਲ ਹੋਣ ਲਈ ਮੈਂ ਇੱਕ ਵਾਰੀ ਇਹ ਕੀਤਾ ਸੀ ਸ਼ਾਇਦ ਪੰਛੀ ਕਰਦੇ ਸੀ ਪਤਾ ਨਹੀਂ ਕਿਹੜੀ ਫਿਲਮ ਸੀਗੀ ਅਤੇ ਮੈਂ ਨਾ ਉਹ ਸੋਚ ਨਹੀਂ ਮੈਂ ਸੋਚ ਲਿਆ ਵੀ ਯਾਰ ਅੱਜ ਕਿਤੇ ਮਾਤਾ ਹੁੰਦੀ ਵੀ ਮੈਂ ਲੀਡ 'ਤੇ ਕਰਦਾ ਪਿਆ ਵੀ ਕਿਤੇ ਮਾਤਾ ਅੱਜ ਹੁੰਦੀ ਯਾਰ ਇਸ ਗੱਲ ਨੂੰ ਲੈ ਕੇ ਮੈਂ ਇਮੋਸ਼ਨਲ ਹੋ ਗਿਆ ਮੈਨੂੰ ਰੋਣ ਵੀ ਆ ਗਿਆ ਪਰ ਬਾਅਦ 'ਚ ਮੈਨੂੰ ਇਹ ਗੱਲ ਠੀਕ ਨਹੀਂ ਲੱਗੀ ਵੀ ਯਾਰ ਵਧੀਆ ਹੱਸਦੀ ਖੇਡਦੇ ਉਵੇਂ ਕਰਕੇ ਉਹ ਤੁਰੇ ਉਵੇਂ ਗਏ ਆ 10 ਸਾਲ ਮੰਜੇ 'ਤੇ ਬੰਦਾ ਪਿਆ ਰਵੇ ਜਾਂ ਉਵੇਂ ਹੋਵੇ ਅਤੇ ਇਨਸਾਨ ਤਾਂ ਰੱਜਦਾ ਹੀ ਨਹੀਂ ਵੀ ਉਹਨੂੰ ਹੁੰਦਾ ਵੀ ਯਾਰ ਐਂ
ਵੀ ਵਧੀਆ ਅਤੇ ਅਸੀਂ ਸਾਡੇ ਭੈਣਾਂ ਭਰਾਵਾਂ 'ਚ ਸਾਡੇ ਵਧੀਆ ਬਣਦੀ ਆ ਭਰਾ ਨਾਲ ਵਧੀਆ ਉਵੇਂ ਹੀ ਆ ਮਾਹੌਲ ਮੇਰਾ ਵੀ ਠੀਕ ਹੈ ਕੋਈ ਗੱਲ ਨਹੀਂ ਜਿਵੇਂ ਇੱਕ ਤੁਹਾਨੂੰ ਭਾਣਾ ਮੰਨਣਾ ਨਹੀਂ ਆ ਜਾਂਦਾ ਹੁੰਦਾ ਇਹ ਬੜੀ ਇੰਪੋਰਟੈਂਟ ਗੱਲ ਹੈ ਨਾ ਕਿ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਜਦ ਕੁਛ ਵੀ ਹੁੰਦਾ ਸਾਡੇ ਜ਼ਿੰਦਗੀ 'ਚ ਉਹਨੂੰ ਮੰਨ ਲਓ ਤਾਂ ਅੱਗੇ ਵੱਧ ਲੈਂਦਾ ਬੰਦਾ ਨਹੀਂ ਮੰਨੋਗੇ ਤਾਂ ਉੱਚੀ ਉਲਝਿਆ ਰਹਿੰਦਾ ਅਤੇ ਪ੍ਰਿੰਸ ਲਈ ਮੰਨਣਾ ਕੁਛ ਵੀ ਹੁੰਦਾ ਜ਼ਿੰਦਗੀ ਚਾਹੇ ਉਹ ਖੁਸ਼ੀ ਹੈ ਚਾਹੇ ਉਹ ਗਮ ਹੈ ਉਸਨੂੰ ਮੰਨਣਾ ਸੌਖਾ ਹੈ ਉਹਨੂੰ ਮੈਂ ਨਹੀਂ ਮੈਂ ਜਿਵੇਂ ਘਰ ਫੋਟੋਆਂ ਬਹੁਤ ਲੱਗੀਆਂ ਮਾਤਾ ਦੀਆਂ ਵੱਡੀਆਂ ਵੱਡੀਆਂ ਮੇਰੇ ਵਟਸਐਪ 'ਤੇ ਵੀ ਮਾਤਾ ਦੀ ਫੋਟੋ ਲੱਗੀ ਹੋਈ ਹੈ ਵੀ ਉਹ ਫਿਰ ਮੇਰਾ ਚੱਕਰ ਕੀ ਹੁੰਦਾ ਵੀ ਅੱਛਾ ਵੀ ਜੇ ਸਾਰਿਆਂ ਨੂੰ ਐਂ ਸੀਗਾ ਵੀ ਤੂੰ ਇੰਨਾ ਲਾ ਲਈਆਂ ਫੋਟੋਆਂ ਵੀ ਤੂੰ ਜ਼ਿਆਦਾ ਧਿਆਨ ਦਊ ਮੇਰਾ ਉਵੇਂ ਨਹੀਂ ਹੈ ਮੈਂ ਫਿਰ ਉਸ ਚੀਜ਼ ਨੂੰ ਬਹੁਤ ਉਵੇਂ ਕਰ ਲੈਂਦਾ ਵੀ ਨਹੀਂ ਬਟ ਜਦ ਇਹ ਵਾਲਾ ਕਿਰਦਾਰ ਕਰ ਰਹੇ ਸੀ ਜਦ ਪਿਓ ਆਪਣੇ ਬੱਚੇ ਨੂੰ ਪਿਆਰ ਦਿੰਦਾ ਇਸ ਉਹੀ ਪਿਆਰ ਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕਰ ਰਹੇ ਨਹੀਂ 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 ਜੇ ਅਸਲ 'ਚ ਨਾ ਮੈਨੂੰ ਹੁਣ ਇਹ ਪਤਾ ਨਹੀਂ ਵੀ ਇਹ ਜਿਹੜਾ ਕਰੈਕਟਰ ਸੀਗਾ ਉਹਨਾਂ ਅੱਗੋਂ ਕੁੜੀ ਬਹੁਤ ਦੋ ਬੱਚੀਆਂ ਆਈਆਂ ਇੱਕ ਜਮਾਂ ਹੀ ਛੋਟੀ ਇਹਦੀ ਹੈਗੀ ਹੈ ਵੀ ਇਹ 30 ਸਾਲ ਤੋਂ 52 ਸਾਲ ਦੀ ਉਮਰ ਦਾ ਇਹਦਾ ਉਹ ਆ ਵੀ ਇੱਕ ਇਹਦੇ 'ਚ ਬੱਚੀ ਜਮਾਂ ਹੀ ਛੋਟੀ ਜਿਹੀ ਦਿਖਾਈ ਹੈ ਵੀ ਦਿਨਾਂ ਦੀ ਉਹਦੇ ਨਾਲ ਐਂ ਲੱਗਿਆ ਕਰੇ ਯਾਰ ਵੀ ਇਹਨੂੰ ਵਿਚਾਰੀ ਨੂੰ ਤਾਂ ਪਤਾ ਹੀ ਨਹੀਂ ਕੁਛ ਉਹ ਸੌਂ ਜਾਂਦੀ ਸੀ ਬਸ ਉਹਦੀ ਮੰਮੀ ਨੇ ਉਹਨੂੰ ਸਵਾਦਾ ਕਰਨਾ ਉਹ ਸੌਂ ਜਾਂਦੀ ਬੜਾ ਬੜਾ ਵਧੀਆ ਜਮਾਂ ਨਹੀਂ ਉਹ ਰੋਂਦੀ ਸੀ ਜਿਵੇਂ ਪਤਾ ਹੁੰਦਾ ਨਾ ਵੀ ਹੁਣ ਉਹਨੇ ਕਰਨਾ ਉਦੋਂ ਇਹ ਆਉਂਦਾ ਹੁੰਦਾ ਯਾਰ ਵੀ ਇਹਨੂੰ ਤਾਂ ਪਤਾ ਹੀ ਨਹੀਂ ਤੇ ਫਿਰ ਉਹ ਇੱਕ ਹੋਰ ਵੱਡੀ ਆਈ 7-8 6-7 ਸਾਲਾਂ ਦੀ ਉਹ ਵੀ ਇੰਨੀ ਉਹਦੀ ਕਾਸਟਿੰਗ ਐਡੀ ਵਧੀਆ ਹੋਈ ਵੀ ਸੀ ਬੱਚਿਆਂ ਦੀ ਵੀ ਉਹ ਵੀ ਇੰਨੀ ਉਹਦੀਆਂ ਅੱਖਾਂ ਤੁਸੀਂ ਫਿਲਮ ਦੇਖੋ ਨਾ ਸੀਨ ਇੱਕ ਇੱਕ ਹੀ ਹੈ ਪਰ ਉਹਦੀਆਂ ਅੱਖਾਂ 'ਚ ਪਤਾ ਨਹੀਂ ਕੀ ਗੱਲ ਸੀ ਹੈ ਨਾ ਬੱਚਾ ਉਹਦਾ ਫਿਰ ਵੱਡੀ ਆਈ ਇੱਕ ਹੀ ਡਾਇਲਾਗ ਆ ਉਹਦਾ ਉਹਦਾ ਵੀ ਇੱਕ ਇਹਦਾ ਵੀ ਹਾਂ ਇਹ ਉਹਦੇ ਵੀ ਇਹੀ ਉਹੀ ਡਾਇਲਾਗ ਹੀ ਆ ਉਹਦਾ ਪਰ ਉਹ ਨਾ ਉਹ ਇੰਨਾ ਝੰਝੋੜਦੇ ਜਦੋਂ ਤੁਹਾਡੇ ਤੁਸੀਂ ਕਰਮ ਵਾਲੇ ਹੁੰਦੇ ਹੋ ਜਦੋਂ ਤੁਹਾਡੇ ਕੋਲ ਸਾਹਮਣੇ ਵਾਲਾ ਐਕਟਰ ਸੱਚਾ ਸੁੱਚਾ ਆ ਜਾਂਦਾ ਨਾ ਰਾਈਟ ਆ ਜਾਂਦਾ ਫਿਰ ਤੁਹਾਨੂੰ ਜ਼ੋਰ ਤੁਹਾਡਾ ਲੱਗਦਾ ਨਹੀਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਔਰ ਮੈਨੂੰ ਸੱਚੀ ਨਹੀਂ ਪਤਾ ਮੈਨੂੰ ਨਹੀਂ ਪਤਾ ਵੀ ਉਹ ਕਿਵੇਂ ਐਂ ਹੋ ਗਿਆ ਕੀ ਆ ਔਖਾ ਬਹੁਤ ਲੱਗਦਾ ਸੀ ਫਿਰ ਪਿੱਛੋਂ ਤੁਹਾਨੂੰ ਜਿਵੇਂ ਬਾਈ ਹੈ ਜਾਂ ਬਲਜੀਤ ਭਾਜੀ ਸੀਗੇ ਬਲਜੀਤ ਭਾਜੀ ਦਾ ਹੁੰਦਾ ਸੀ ਵੀ ਨਿੱਕੀ ਨਿੱਕੀ ਗੱਲ ਤੇ ਇੱਕ ਸੀ ਵੀ ਕੁੜੀ ਆਈ ਉਹ ਮੈਨੂੰ ਦੇਖ ਜਾ ਬੜੀ ਪਿੰਨੀ ਅਤੇ ਮੈਂ ਐਂ ਕਰਕੇ ਬਾਹਰ ਝਾਕਦਾ ਬਾਹਰ ਕੈਮਰਾ ਫਿਰ ਬਾਹਰ ਲੱਗ ਗਿਆ ਕੈਮਰਾ ਅਤੇ ਮੈਂ ਝਾਕਣਾ ਪ੍ਰੀਤ ਭਾਅ ਜੀ ਕਹਿੰਦੇ ਪ੍ਰੀਤ ਭਾਅ ਜੀ ਮੈਂ ਹਾਂਜੀ ਕਹਿੰਦੇ ਯਾਰ ਤੁਸੀਂ ਪਿੰਨੀ ਐਂ ਲਈ ਸੀ ਮੈਂ ਹਾਂ ਆਪਾਂ ਇੱਕ ਟੇਕ ਕਰਨਾ ਹੋਰ ਵੀ ਗਿੱਪੀ ਭਾਅ ਜੀ ਨਾਲ ਗੱਲ ਹੋਈ ਮੈਂ ਕਿਹਾ ਜੀ ਹਾਂਜੀ ਕੋਈ ਗੱਲ ਨਹੀਂ ਕਹਿੰਦੇ ਤੁਸੀਂ ਨਾ ਉਹ ਪਿੰਨੀ ਦੰਦੀ ਵੱਢਣੀ ਆ ਅਤੇ ਖਾਂਦੇ ਖਾਂਦੇ ਬਾਹਰ ਝਾਕਣਾ ਹੁਣ ਉਹ 'ਚ ਕੋਈ ਡਾਇਲੋਗ ਨਹੀਂ ਕੁਛ ਨਹੀਂ ਵੀ ਹੁਣ ਵੀ ਮੈਂ ਅੰਦਰੋਂ ਭਰ ਗਿਆ ਉਹ ਪਿੰਨੀ ਲੈ ਕੇ ਬੈਠਣ ਅਤੇ ਉਹ ਖਾਣ ਦੇ ਵਿੱਚ ਉਹ ਮੈਂ ਜਦੋਂ ਹੀ ਮੈਨੂੰ ਨਹੀਂ ਪਤਾ ਸੀ ਵੀ ਐਂ ਹੋਊਗਾ ਕਸਮ ਪਾ ਕੇ ਜਦੋਂ ਤੁਹਾਡੇ ਕੋਲ ਕਰਵਾਉਣ ਵਾਲੇ ਬੰਦੇ ਹੁੰਦੇ ਆ ਨਾ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਇਹ ਤੂੰ ਕੰਮ ਐਂ ਲੈ ਜਾਊਗਾ ਫਿਰ ਉਹ ਹੁੰਦਾ ਹੈ ਨਾ ਅਤੇ ਮੈਂ ਜਦੋਂ ਹੀ ਦੰਦੀ ਵੱਢ ਕੇ ਕਰਕੇ ਝਾਕਿਆ ਆਏ ਮੈਂ ਦੇਖਿਆ ਹੀ ਅਤੇ ਖਾਈ ਜਾਂਦਾ ਅਤੇ ਹੰਝੂ ਤੁਰਪਕ ਤੁਰਪਕ ਹੰਝੂ ਚੱਲ ਪਏ ਅਤੇ ਸੀਗਾ ਤਾਂ ਮੈਂ ਉਹੀ ਜਿਹਨੇ ਪਹਿਲਾਂ ਐਂ ਲੈ ਕੇ ਬਹਿ ਕੇ ਦੇਖਿਆ ਸੀ ਪਹਿਲਾਂ ਪਹਿਲਾਂ ਨਹੀਂ ਆਏ ਸੀ ਪਹਿਲਾਂ ਜ਼ੋਰ ਲੱਗ ਰਿਹਾ ਸੀ ਮੇਰਾ
ਵੀ ਮੈਂ ਅੰਦਰੋਂ ਇਮੋਸ਼ਨ ਜਗਾਵਾਂ ਜਾਵਾਂ ਅਤੇ ਫਿਰ ਝਾਕਾਂ. ਸੋ ਇਹ ਵੀ ਗੱਲ ਹੁੰਦੀ ਹੈ. ਬਿਲਕੁਲ. ਕਿਹੜੀ ਫਿਲਮ ਹੈ ਜਿਹਨੇ ਤੁਹਾਨੂੰ ਸਭ ਤੋਂ ਵੱਧ ਰਵਾਇਆ ਹੈ ਵੈਸੇ ਹੁਣ ਤੱਕ? ਨਹੀਂ, ਲਾਈਕ ਐਜ਼ ਏ ਆਡੀਅੰਸ ਕੋਈ ਐਸੀ ਫਿਲਮ ਰਹੀ ਹੈ? ਨਹੀਂ, ਕਦੇ ਨਹੀਂ ਰੋਏ ਤੁਸੀਂ ਕਿਸੇ ਫਿਲਮ ਦੇਖ ਕੇ? ਰੋਇਆ ਹੋਊਗਾ ਇੱਕ ਅੱਧੇ ਸੀਨ ਲਈ, ਚੱਕ ਜਵਾਨਾ ਪਹਿਲੀ ਸੀ ਉਹਦੇ 'ਚ ਵੀ ਰੋਇਆ ਸੀਗਾ ਮੈਂ. ਅੱਛਾ. ਹਾਂ, ਰਾਣਾ ਬਾਈ ਮੈਨੂੰ ਧੱਕਾ ਮਾਰ ਦਿੰਦਾ. ਨਹੀਂ, ਐਜ਼ ਏ ਆਡੀਅੰਸ ਜਾਂ ਤੁਸੀਂ ਆਪਣੀ ਆਪਣੀ ਨਹੀਂ ਕੋਈ ਵੀ ਫਿਲਮ ਦੇਖ ਰਹੇ ਹੋਵੋ ਜਿਹਨੇ ਤੁਹਾਨੂੰ ਰਵਾਇਆ ਹੋਵੇ. ਅੱਛਾ, ਉਹ ਮੈਂ ਨਾਨਾ ਪਾਟੇਕਰ ਦੀਆਂ ਫਿਲਮਾਂ ਜ਼ਿਆਦਾ ਰਵਾਉਂਦੀਆਂ ਸੀ ਮੈਨੂੰ. ਅੱਛਾ. ਜਦੋਂ ਐਕਟਿੰਗ ਘੈਂਟ ਕਰਦਾ ਸੀ ਨਾ, ਮੈਨੂੰ ਐਂ ਹੋਣਾ ਵੀ ਮੈਂ ਇੱਥੇ ਕਿਉਂ ਬੈਠਾ, ਵੀ ਆ ਆ ਹੈ ਐਕਟਿੰਗ, ਵੀ ਮੈਂ ਐਂ ਕਰਨੀ ਆ ਯਾਰ, ਮੈਂ ਐਂ ਕਰਨਾ ਅਤੇ ਬੈਠਾ ਮੈਂ ਇੱਥੇ ਹਾਂ, ਵੀ ਕੋਟਕਪੂਰੇ ਬੈਠਾ ਮੈਂ, ਸ਼ੋਰੂਮ 'ਤੇ ਬੈਠਾ, ਮੈਂ ਜਾਣਾ. ਉਸ ਚੀਜ਼ ਨੇ ਹੀ ਮੈਨੂੰ ਲੱਗਦਾ ਛਡਾਇਆ ਮੇਰੇ ਕੋਲੋਂ, ਵਜੂਦ ਦੇਖੀ ਜਾਂਦਾ ਸੀ ਜਿੱਦਾਂ ਮੈਂ ਫੈਸਲਾ ਲੈਂਦਾ. ਅੱਛਾ. ਅੱਛਾ, ਉਹ ਤੁਹਾਨੂੰ ਟਾਈਮ ਵੀ ਯਾਦ ਹੋਗਿਆ ਜਦੋਂ ਤੁਸੀਂ ਫੈਸਲਾ ਲੈ ਕੇ ਮੈਂ ਆਪਣੀ ਬਾਈ ਨੂੰ ਨਹੀਂ ਬੰਦ ਨਹੀਂ, ਮੈਂ ਬ੍ਰਦਰ ਨੂੰ ਕਿਹਾ, 2-2.5 ਕਰੋੜ ਦਾ ਸ਼ੋਰੂਮ ਸੀ, ਵਧੀਆ ਕੰਮ ਚੱਲਦਾ ਸੀ ਮੇਰਾ, ਇਹਨਾਂ ਦਾ 2.5-3 ਲੱਖ ਰੁਪਇਆ ਚੁਟਕੀ. ਮੈਂ ਵਜੂਦ ਫਿਲਮ ਦੇਖੀ ਜਾਂਦਾ ਸੀ, ਉਹ 'ਚ ਇੱਕ ਸੀਨ ਹੈ ਵੀ ਉਹ ਨਾ ਥੀਏਟਰ 'ਚੋਂ ਜਿੱਤ ਕੇ ਲਿਆਉਂਦਾ, ਉਹਦੇ ਪਿਓ ਨੇ ਕਿਹਾ ਹੁੰਦਾ ਵੀ ਟਾਈਪਿਸਟ ਦੀ ਨਿਕਲੀ ਆ ਜੋਬ, ਤੂੰ ਜਾ ਇੰਟਰਵਿਊ ਦੇ ਗਿਆ. ਉੱਥੇ ਨਹੀਂ ਜਾਂਦਾ, ਨਾਟਕ ਕਰਨ ਜਾ ਵੜਦਾ, ਅਤੇ ਉੱਥੇ ਉਹਨੂੰ ਬੈਸਟ ਐਕਟਰ ਦਾ ਮਿਲਦਾ ਪ੍ਰਾਈਜ਼, ਸ਼ੀਲਡ ਲੈ ਕੇ ਆਇਆ ਆਉਂਦਾ, ਪਿਓ ਦਾ ਚੱਪਾ ਲਾ ਲੈਂਦਾ, ਬਹੁਤ ਕੁੱਟਦਾ, ਉਹ ਭੱਜਦਾ ਫਿਰ, ਅਤੇ ਉਹ ਮੈਂ ਬਹੁਤ ਰੋਇਆ. ਦੁਕਾਨ ਮੈਂ ਸ਼ੋਰੂਮ 'ਚ ਬੈਠਾ ਸੀ ਆਪਦੇ 'ਚ, ਮੈਂ ਕਿਹਾ ਯਾਰ ਵੀ ਤੂੰ ਇੱਧਰ ਨੂੰ ਜਾਣਾ ਸੀ, ਤੂੰ ਪਹਿਲਾਂ ਥੀਏਟਰ ਕਰਦਾ ਰਿਹਾ, ਹੁਣ ਤੂੰ ਦੁਕਾਨਦਾਰੀ ਕਰ ਲਈ. 12 ਸਾਲ ਹੋ ਚੁੱਕੇ ਸੀ ਮੈਨੂੰ, 11-11.5 ਸਾਲ, ਵੀ ਤੂੰ ਯਾਰ ਉਦੋਂ ਪਹਿਲਾਂ ਥੋੜ੍ਹੇ ਦਿਨ ਪਹਿਲਾਂ ਕਿਸੇ ਨੇ ਮੇਰਾ ਆਰਟੀਕਲ ਲਿਖਿਆ ਸੀ, ਅਤੇ ਉਹ ਆਰਟੀਕਲ ਦੇ ਵਿੱਚ ਲਿਖਿਆ ਸੀ, ਇੱਕ ਮੈਗਜ਼ੀਨ 'ਚ ਲੱਗਾ ਸੀ, ਵੀ ਮੈਂ ਜਦੋਂ ਲੰਘਦਾ ਸੀਗਾ ਅਤੇ ਵੀ ਸ਼ੀਸ਼ਾ ਅਤੇ ਸ਼ੀਸ਼ੇ 'ਤੇ ਟੰਗੀਆਂ ਸ਼ਰਟਾਂ ਪੈਂਟਾਂ, ਵੀ ਮੈਨੂੰ ਨਹੀਂ ਪਤਾ ਸੀ, ਮੈਨੂੰ ਐਂ ਹੁੰਦਾ ਸੀ ਪਿੱਛੇ ਦੇ ਇੱਕ ਦੁਕਾਨਦਾਰ ਬੈਠਾ. ਬਿਲਕੁਲ. ਅਤੇ ਕਹਿੰਦਾ ਵੀ ਮੈਨੂੰ, ਮੈਂ ਪਿੱਛੇ ਜੇ ਇਹਨੂੰ ਮਿਲਿਆ ਪ੍ਰਿੰਸ ਨੂੰ, ਅਤੇ ਮੈਨੂੰ ਅੰਦਰ ਜਾ ਕੇ ਮੈਨੂੰ ਪਤਾ ਲੱਗਾ ਯਾਰ ਵੀ ਪਿੱਛੇ ਤਾਂ ਇੱਕ ਐਕਟਰ ਬੈਠਾ, ਐਕਟਰ ਬੈਠਾ, ਦੁਕਾਨਦਾਰ ਨਹੀਂ ਬੈਠਾ. ਬਸ ਉਦਾਂ ਫਿਰ ਮੈਂ ਨਾ ਧਾਰ ਲਈ ਗੱਲ, ਮੈਂ ਕਿਹਾ ਯਾਰ ਵੀ ਨਹੀਂ, ਮੈਂ ਬ੍ਰਦਰ ਨੂੰ ਕਿਹਾ ਘਰ ਆ ਕੇ, ਮੈਂ ਕਿਹਾ ਮੈਨੂੰ 6 ਮਹੀਨੇ ਦਿਓ ਯਾਰ. ਕਹਿੰਦੇ 6 ਮਹੀਨੇ ਨਹੀਂ, 1 ਸਾਲ ਹੀ ਲੈਣਾ, ਪਰ ਤੂੰ ਕੱਲ ਨੂੰ ਐਂ ਨਹੀਂ ਕਹਿਣਾ ਵੀ ਮੈਨੂੰ ਮੌਕਾ ਨਹੀਂ ਮਿਲਿਆ, ਮੈਨੂੰ ਮੌਕਾ ਨਹੀਂ ਮਿਲਿਆ ਜਾਂ ਮੈਨੂੰ ਉਹ ਨਹੀਂ. ਮੈਂ ਇਸ ਵਕਤ ਮੇਰੇ, ਮੈਂ ਕਹਿੰਦਾ ਥੈਂਕ ਯੂ ਉਸ ਭਰਾ ਦਾ, ਥੈਂਕ ਯੂ ਉਸ ਪਰਿਵਾਰ ਦਾ ਜਿਹਨੇ ਕਹਿੰਦਾ ਹੌਸਲਿਆਂ ਨੂੰ ਉਡਾਰੀ ਭਰਨ ਦਾ ਮੌਕਾ ਦਿੱਤਾ. ਬਹੁਤ ਬਹੁਤ ਵੱਡਾ ਪੁਆਇੰਟ ਹੈ. ਮੇਰੀ ਮਦਰ ਜਾਂ ਮੈਨੂੰ ਕਦੇ ਕਿਸੇ ਨੇ ਨਹੀਂ ਕਿਹਾ ਸੀ ਤੂੰ ਥੀਏਟਰ ਕਿਉਂ ਕਰਦਾ ਪਿਆ, ਤੂੰ ਕਿਉਂ ਐਂ ਕਰਦਾ, ਤੂੰ ਇੱਧਰ ਕਿਉਂ ਚੱਲਿਆ, ਤੂੰ ਵੇਚਦੀ ਵੀ ਇੱਧਰ ਜਾ ਵੜਿਆ, ਇੱਧਰ ਜਾ ਵੜਿਆ, ਵੀ ਐਂ ਕਿਉਂ ਕਰਦਾ, ਵੀ ਨਾਟਕ ਕਰਾਉਣਾ ਨਾਲ ਇੱਕ ਫੈਸ਼ਨ ਸ਼ੋਅ ਰੱਖਦਾ ਕਰਨਾ. ਕੋਟਕਪੂਰੇ ਮੈਂ 2001 'ਚ ਪਹਿਲੀ ਵਾਰੀ 2000 'ਚ ਫੈਸ਼ਨ ਸ਼ੋਅ ਕਰਾਇਆ ਸੀ ਕੋਟਕਪੂਰੇ, ਕੁੜੀਆਂ ਦਾ ਅਤੇ ਮੁੰਡਿਆਂ ਦਾ ਨਾਲ ਨਾਟਕ ਇੱਕ. ਬਿਲਕੁਲ ਬਿਲਕੁਲ. ਵੀ ਉਹ ਉਹ ਉੱਦਾਂ ਦਾ ਸੀ ਮੇਰੇ ਖਿਆਲ ਨਾਲ, ਕਿਤੇ ਨਾ ਕਿਤੇ ਨਾ ਉਹ ਨੀਤੀ ਹੈ ਜਿਹੜੀ ਬਸ ਨੀਤਾਂ ਨੂੰ ਮੁਰਾਦਾਂ ਤਾਂ ਹੈ, ਮਿਹਨਤ ਦਾ ਫਲ ਮਿਲਦਾ ਨੀਤਾਂ ਨੂੰ ਮੁਰਾਦਾਂ. ਬਿਲਕੁਲ. ਅਤੇ ਅਸੀਂ ਆਹੀ ਉਮੀਦ ਕਰਾਂਗੇ. ਮੈਨੂੰ ਇੱਦਾਂ ਲੱਗਦਾ ਕਿ ਹਮੇਸ਼ਾ ਨਾ ਮੈਨੂੰ, ਮੈਂ ਤੁਹਾਨੂੰ ਦੱਸਣਾ ਚਾਹੂੰਗਾ ਗੱਲ ਕਿ ਜਦ ਅਰਦਾਸ ਮਾਨ ਆਈ ਸੀ ਨਾ,
ਅਰਦਾਸ ਦੇ ਰਿਲੀਜ਼ ਹੋਣ ਤੋਂ ਅਗਲੇ ਹੀ ਦਿਨ ਦੇਖ ਕੇ ਅਗਲੇ ਦਿਨ ਮੈਂ ਗਿੱਪੀ ਵੀਰੇ ਉੱਧਰ ਜਿਹੜਾ ਪੁਰਾਣਾ ਦਫ਼ਤਰ ਨਹੀਂ ਜਿਹੜਾ ਘਰ ਦੇ ਵਿੱਚ ਸੀਗਾ ਉੱਧਰ ਗਿਆ ਮੈਂ ਕਿਹਾ ਸੱਚੀ ਤੁਸੀਂ ਡਾਇਰੈਕਟ ਬਿਕੋਜ਼ ਇੰਨੀ ਕਮਾਲ ਦੀ ਫਿਲਮ ਸੀ ਅਤੇ ਮੈਂ ਆਹੀ ਚਾਹੂੰਗਾ ਕਿਉਂਕਿ ਔਰ ਉਸ ਫਿਲਮ ਬਾਰੇ ਸਾਰੇ ਜਾਣੇ ਸੀ ਨਾ ਮਿਹਨਤੀ ਬਹੁਤ ਸਾਰੇ ਜਾਣੇ ਬਲਜੀਤ ਭਾਜੀ ਘੁੱਗੀ ਭਾਜੀ ਟੀਮ ਸਾਰੇ ਜਾਣੇ ਜਿੰਨੇ ਬਿਲਕੁਲ ਹੈ ਨਾ ਮੈਂ ਪਹਿਲੀ ਵਾਰੀ ਉਹ ਇਹਦੀ ਪਹਿਲੀ ਸੀ ਮੈਨੂੰ ਦਾ ਵਿਕਾਸ ਦੀ ਪਹਿਲਾਂ ਵਿਕਾਸ ਵਿਸ਼ੇਸ਼ਤਾ ਆਪਣਾ ਉਹ ਮੈਨੂੰ ਇੱਕ ਤੇ ਮਿਲਿਆ ਸੀ ਉੱਥੇ ਉਹ ਸਟਿਲ ਕਰਦਾ ਪਿਆ ਸੀ ਫਿਰ ਉੱਥੇ ਮੈਨੂੰ ਫੇਰ ਮਿਲਿਆ ਮੈਨੂੰ ਕਹਿੰਦਾ ਭਾਜੀ ਤੁਸੀਂ ਉੱਥੇ ਮੈਨੂੰ ਮੈਚ ਛੱਡਣ ਲੱਗੇ ਤੁਸੀਂ ਟੋਕਿਆ ਸੀ ਮੈਨੂੰ ਵੀ ਨਹੀਂ ਲੱਗਾ ਰਿਹਾ ਲੱਗਾ ਕਹਿੰਦੇ ਮੈਂ ਮਿਲਿਆ ਤੁਹਾਨੂੰ ਬਿਲਕੁਲ ਵੀ ਉਹ ਜਿਹੜਾ ਉਹ ਮਾਹੌਲ ਸੀ ਪਹਿਲੀ ਫਿਲਮ ਸੀ ਜਿਹਦਾ ਜਿੱਥੇ ਹੁੰਦਾ ਸੀ ਸੈੱਟ 'ਤੇ ਜੇ ਆਪਣੇ 7 ਵਜੇ ਦਾ ਕਾਲ ਟਾਈਮ ਹੈ ਤਾਂ ਆਪਾਂ 7 ਵਜੇ ਪਹੁੰਚ ਜਾਵਾਂਗੇ ਜਾਂ 7:15 ਜਾਂ ਲੇਟ ਹੋ ਗਏ ਇਹ ਪਹਿਲੀ ਫਿਲਮ ਸੀ ਜਿਹਦੇ 6:15 ਸੀ ਉੱਥੇ ਵੱਜਦੇ ਸੀ ਅਸੀਂ ਕਿਆ ਬਾਤ ਸਾਰੇ ਰੈਡੀ ਕੱਪੜੇ ਕੁਪੜੇ ਪਾ ਕੇ ਜੋ ਵੀ ਕਰਨਾ ਮੇਰੇ ਛਾਈਆਂ ਜੀਆਂ ਬਣਾਉਣੀਆਂ ਹੁੰਦੀਆਂ ਸੀ ਮੇਕਅਪ ਜਾਂ ਉਵੇਂ ਕਰਾ ਕੇ ਅਤੇ ਧੂਣੀ ਲਾਈ ਹੁੰਦੀ ਸੀ ਘੁੱਗੀ ਭਾਜੀ ਹੁੰਦੇ ਸੀ ਗੱਲਾਂ ਹੀ ਬਹੁਤ ਸੁਣਾਉਂਦੇ ਸੀ ਯਾਰ ਕਿਆ ਗਿੱਪੀ ਬਾਈ ਹੋ ਗਏ ਹੋਰ ਸਾਰੇ ਜਣੇ ਅੱਛਾ ਸੋਈ ਸਾਹਿਬ ਆ ਗਏ ਇੱਧਰੋਂ ਇੰਨੀਆਂ ਗੱਲਾਂ ਚੱਲਦੀਆਂ ਸੀਗੀਆਂ ਵੀ ਇੰਨਾ ਮਜ਼ਾ ਆਉਂਦਾ ਸੀ ਡਰਾਈਵਰ ਮੇਰੇ ਵਾਲਾ ਔਖਾ ਰਹਿੰਦਾ ਸੀ ਮੇਰੇ 'ਤੇ ਮੈਨੂੰ ਸਵਿਫਟ ਜੀ ਦਿੱਤੀ ਵੀ ਸੀ ਹਰਦੀਪ ਵੀਰੇ ਵਰਗਿਆਂ ਨੇ ਵੀ ਉਹ ਲੈ ਕੇ ਜਾਂਦਾ ਸੀ ਅਤੇ ਉਹਨੇ ਉਹਨੇ ਐਂ ਕਹਿਣਾ ਕਹਿੰਦਾ ਯਾਰ ਇਹ ਪਹਿਲਾਂ ਹੀ ਸਾਥ ਲੈਂਦਾ ਫਿਰ ਉਹਨੂੰ ਮੈਂ ਕਿਹਾ ਤੂੰ ਇੱਕ ਅੱਧਾ ਦਿਨ ਉੱਥੇ ਆ ਜਾ ਖੜ ਜਾ ਉੱਥੇ ਪਾਸੇ ਖੜ ਤੈਨੂੰ ਪਤਾ ਮੁੜ ਕੇ ਫਿਰ ਉਹਨੇ ਕਹਿਣਾ ਭਾਜੀ ਸਵੇਰੇ 9 ਵਜੇ ਆ ਜਾਣਾ ਮੈਂ ਆ ਕੇ ਮਾਰਦਾ ਫੋਨ ਤੁਹਾਨੂੰ ਕਿਆ ਬਾਤ ਅਸੀਂ ਤਾਂ ਉਮੀਦ ਕਰਾਂਗੇ ਕਿ ਤੁਹਾਡੀ ਕਹਾਣੀਆਂ ਇੱਦਾਂ ਹੀ ਡੂੰਘੀਆਂ ਹੁੰਦੀਆਂ ਰਹਿਣ ਅਤੇ ਰੱਬ ਤੁਹਾਡੇ ਕੰਮ ਨੂੰ ਭਾਗ ਲਾਉਂਦਾ ਰਹੇ ਉਮੀਦ ਕਰਾਂਗੇ ਕਿ ਅਰਦਾਸ ਸਰਬੱਤ ਦੇ ਭਲੇ ਦੇ ਵਿੱਚ ਤੁਹਾਡਾ ਜੋ ਕਿਰਦਾਰ ਹੈ ਉਸਨੂੰ ਦਰਸ਼ਕ ਪਸੰਦ ਕਰਨ ਅਤੇ ਆਈ ਆਲਵੇਜ਼ ਹੈਵ ਸਟੋਰੀਜ਼ ਅਤੇ ਗੱਲਾਂ ਜਿਹੜੀਆਂ ਫਿਲਮ ਤੋਂ ਬਾਅਦ ਆਉਂਦੀਆਂ ਨੇ ਅਤੇ ਆਈ ਥਿੰਕ ਇਸ ਫਿਲਮ ਤੋਂ ਬਾਅਦ ਵੀ ਬਹੁਤ ਸਾਰੀਆਂ ਬਹੁਤ ਹੋਣਗੀਆਂ ਅਤੇ ਸੀ ਪ੍ਰਿੰਸ ਕਵਲਜੀਤ ਜਿਨ੍ਹਾਂ ਨੇ ਆਪਣੇ ਕਿਰਦਾਰਾਂ ਦੇ ਨਾਲ ਨਾਲ ਹਮੇਸ਼ਾ ਤੁਹਾਡਾ ਦਿਲ ਮੋਇਆ ਲੇਕਿਨ ਇਸ ਵਾਰ ਕਹਿੰਦੇ ਨੇ ਕਿ ਜੋ ਇਮੋਸ਼ਨਸ ਮੈਨੂੰ ਟ੍ਰੇਲਰ 'ਚ ਦੇਖੇ ਨੇ ਫਿਲਮ ਦੇ ਵਿੱਚ ਉਸਨੂੰ 3 ਗੁਣਾ ਹੋਣ ਦੀ ਜਾਂ 4 ਗੁਣਾ ਹੋਣ ਦੀ ਉਮੀਦ ਹੈ ਅਤੇ ਉਸ ਉਮੀਦਾਂ ਨਾਲ ਤੁਸੀਂ ਵੀ ਸਿਨੇਮਾ ਘਰ ਜਾ ਕੇ ਅਰਦਾਸ ਸਰਬੱਤ ਦੇ ਭਲੇ ਦੀ ਜ਼ਰੂਰ ਦੇਖਿਓ ਕੈਮਰਾਮੈਨ ਸੰਦੀਪ ਦੇ ਨਾਲ ਭਵਨੀਤ ਕੌਸ਼ਲ ਸਾਈਨਿੰਗ ਆਫ ਕੀਪ ਵਾਚਿੰਗ APP ਸਾਂਝਾ